ਪਿੰਡ ਕਾਲਗੀ ਵਾਲੇ ਦੇ ਵਿੱਚ ਆ ਜੱਸੇ ਬਾਈ ਦੇ ਘਰੇ ਆਏ ਆ ਆਪਾਂ। ਬਾਈ ਜੱਸੇ ਨੂੰ ਬਹੁਤ ਸ਼ੌਂਕ ਆ ਯਾਰ ਘੋੜੀਆਂ ਦਾ, ਪੁੱਜ ਕੇ ਸ਼ੌਂਕ ਆ, ਅਤੇ ਇਕੱਲਾ ਜੱਸੇ ਬਾਈ ਨੂੰ ਨਹੀਂ, ਜੱਸੇ ਬਾਈ ਦੇ ਜਵਾਕ ਜੱਲਿਆਂ ਨੂੰ ਵੀ ਬਹੁਤ ਸ਼ੌਂਕ ਹੈ। ਅੱਜ ਘੋੜਾ ਨਹੀਂ, ਅੱਜ ਕੱਲ੍ਹੀਆਂ ਘੋੜੀਆਂ ਹੀ ਦਿਖਾਵਾਂਗੇ ਅਤੇ ਬੱਚੇ ਹੀ ਦਿਖਾਵਾਂਗੇ ਸੱਚੋਂ। ਆਹ ਜਿਹੜੀ ਭੱਜੀ ਫਿਰਦੀ ਹੈ ਨਾ ਬਛੇਰੀ, ਇਹ ਜਹਾਂਗੀਰ ਘੋੜੇ ਦੀ ਬੱਚੀ ਆ ਮੱਲੋ। ਜਹਾਂਗੀਰ ਘੋੜਾ ਜਿਹੜਾ ਬਾਬੇ ਸੋਨੂ ਕੋਲ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ, ਕਾਲੇ ਕਾਂਟੇ ਦਾ ਬੱਚਾ, ਇਹ ਉਸ ਘੋੜੇ ਦੀ ਬੱਚੀ ਆ ਬਾਈ ਜੱਸੇ ਦੇ ਘਰੇ। ਅਤੇ ਜਿਹੜੀ ਇਹਦੀ ਹੈਗੀ ਆ ਮਾਂ, ਆ ਨਾਲ ਖੜੀ ਤੁਹਾਨੂੰ ਦਿਖਾਈ ਦਿੰਦੀ ਹੈ, ਇਹ ਹੈਗੀ ਆ ਦਰੋਣੇ ਘੋੜੇ ਦੀ ਬੱਚੀ। ਇਹ ਘੋੜੀ ਵੀ ਮਤਲਬ ਬੱਚੀ ਤਾਂ ਤੁਹਾਨੂੰ ਦਿਖੀ ਜਾਂਦੀ ਹੈ ਨਾ ਚੌੜੀ, ਅਤੇ ਘੋੜੀ ਜਿਹੜੀ ਹੈਗੀ ਆ ਨਾ, ਘੋੜੀ ਆਲਟੋ ਕਾਰ ਦੀ ਛੱਤ ਜਿੰਨੀ ਚੌੜੀ ਆ ਘੋੜੀ, ਇਹ ਬਹੁਤ ਚੰਗੀ ਮਤਲਬ ਪਿੱਠੇ ਪੁੱਠੇ ਦੀ ਬੜੀ ਚੌੜੀ ਅਤੇ ਬੜੀ ਖੁੱਲ੍ਹੀ ਘੋੜੀ ਆ ਬਾਈ ਦੇ ਕੋਲ। ਬਾਈ ਕੋਈ ਵਪਾਰ ਨਹੀਂ ਕਰਦਾ, ਅਸਲ ਦੇ ਵਿੱਚ ਸ਼ੌਂਕ ਆ, ਇੱਕ ਅੱਧਾ ਜਾਨਵਰ ਕੋਈ ਸਾਲ 'ਚ ਦੋ ਸਾਲਾਂ 'ਚ ਦੇ ਲੈ ਲੈਂਦਾ, ਬਾਹਲਾ ਨਹੀਂ ਕੋਈ ਕੋਈ ਵਪਾਰੀ ਨਹੀਂ ਗਾ ਬੰਦਾ, ਇਹ ਸ਼ੌਂਕ ਨਾਲ ਜਾਨਵਰ ਰੱਖਦਾ। ਇਹ ਬਾਈ ਗੈਰੀ ਗਿੱਲ ਦੇ ਕੋਲੋਂ ਆਏ ਹੋਏ ਆ ਚੰਡੀਗੜ੍ਹ ਵਾਲੇ ਕੋਲੋਂ, ਉਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਆ ਸੱਜਣੋ। ਹੋਰ ਵੀ ਜਾਨਵਰ ਬੜੇ ਆ, ਤੁਹਾਨੂੰ ਸਾਰੇ ਹੀ ਦਿਖਾਉਂਦਾ ਮੈਂ, ਪਹਿਲਾਂ ਡਿਟੇਲ ਦੇ ਦਿਆ ਤੁਹਾਨੂੰ ਸਾਰੇ ਜਾਨਵਰਾਂ ਦੀ। ਆਹ ਮਾੜਾ ਜਿਹਾ ਚੰਗੂ ਨੇਗਾ ਮਾਰ ਲਓ, ਆਹ ਜਿਹੜੀ ਘੋੜੀ ਆ ਇਹ ਦਰੋਣੇ ਘੋੜੇ ਦੀ ਮੰਨ ਲਓ ਬੱਚੀ ਆ ਸੱਜਣੋ ਇਹ। ਅਤੇ ਇੱਕ ਤੁਹਾਨੂੰ ਮੈਂ ਹੋਰ ਦਿਖਾਉਣਾ, ਦਰੋਣੇ ਦੀਆਂ ਹੀ ਪਹਿਲਾਂ ਦਿਖਾਊਂ ਤੁਹਾਨੂੰ ਦੋ ਤਿੰਨ। ਇਹ ਇੱਕ ਆਹ ਦੇਖਿਓ, ਆਹ ਹੋਰ ਆ, ਇਹ ਉਹ ਹੀ ਨਹੀਂ ਪਹਿਲਾਂ ਵਾਲੀ, ਇਹ ਦਰੋਣੇ ਦੀ ਆ ਮਤਲਬ 25-26 ਮਹੀਨੇ ਇਹਦੀ ਉਮਰ ਬਾਈ ਨੇ ਦੱਸਿਆ, ਅਤੇ ਨਾਲ ਦੀ ਨਾਲ ਇਹ ਦੱਸਿਆ, ਉਹ ਕਹਿੰਦਾ ਵੀ ਖੀਰੀ ਆ, ਹਜੇ ਦੋ ਦਿਨ ਨਹੀਂ ਹੋਈ ਇਹ ਬੱਚੀ। ਅਤੇ ਨਾਲ ਦੀ ਨਾਲ ਬਾਈਆਂ ਦਾ ਵੀ ਇਹਦੀ ਭਾਈ ਜਿਹੜੀ ਹਾਈਟ ਆ ਉਹ 60+ ਇਹ ਹਾਈਟ ਕਰ ਗਈ, ਅਤੇ ਇਹ ਵੀ ਦਰੋਣੇ ਦੀ ਕੋਈ ਆ ਸੱਜਣੋ। ਉਹ ਦਰੋਣੇ ਦਾ ਤੁਹਾਨੂੰ ਪਤਾ ਹੀ ਆ ਵੀ ਦਰੋਣਾ ਅੱਜ ਕੱਲ੍ਹ ਚਲਿਆ ਗਿਆ ਮਹਾਰਾਸ਼ਟਰ ਸੱਜਣ ਲੱਗੜ ਕੋਲ, ਬਹੁਤ ਚੰਗੀ ਕੀਮਤ ਨਾਲ ਘੋੜਾ ਵਿਕਿਆ ਸੀ ਅਤੇ ਬਹੁਤ ਚੰਗੇ ਬੱਚੇ ਪੈਦਾ ਕਰਦਾ ਸੀ ਤਾਂ ਹੀ ਵਿਕਿਆ ਨਾ, ਪਰ ਚੰਗੀ ਕੀਮਤ ਨਾਲ। ਇੱਕ ਆਹ ਮੰਨੋ ਲਓ, ਆਹ ਵੀ ਦਰੋਣੇ ਦੀ ਆ, ਇਹ ਦੋ ਦੰਦ ਹੋ ਗਈ ਹੈ। ਅਤੇ ਇਹ ਬਛੇਰੀ ਦੀ ਜਿਹੜੀ ਹਾਈਟ ਹੈ ਉਹ ਮਤਲਬ ਬਾਈ ਹੁਣੀ ਦੱਸਦੇ, ਉਹ ਕਹਿੰਦੇ ਵੀ 61+ ਇਸ ਬਛੇਰੀ ਦੀ ਹਾਈਟ ਆ ਜਿਹੜੀ ਉਹ ਹੋ ਚੁੱਕੀ ਆ। ਅਤੇ ਇਹ ਬਛੇਰੀ ਵੀ ਬਾਈ ਦੇ ਕੋਲ ਆ, ਬੜੀ ਸੋਹਣੀ ਬਛੇਰੀ ਆ, ਜਮਾਂ ਆਪਾਂ ਕਹਿ ਸਕਦੇ ਵੀ ਸਰੀਰ ਆ ਨਾ ਜਿਹੜਾ ਇਹਦਾ, ਜੇ ਤੁਸੀਂ ਬੂਥ ਤੋਂ ਲੱਗ ਜਾਓ ਅਤੇ ਐਂ ਗਾਂ ਗਰਦਨ ਤੱਕ ਤੁਰੇ ਆਓ, ਪੇਟ ਕੋਲ ਦੀ ਪਿੱਛੇ ਨੂੰ ਜਾਓਗੇ, ਤੁਹਾਨੂੰ ਇੱਕ ਸਾਰ ਮੁੱਢ ਤੋਂ ਲੈ ਕੇ ਸਿਰੇ ਤੱਕ ਲੰਬੀ ਗਰਦਨ, ਸੋਹਣਾ ਕੰਨ, ਮੱਥੇ ਪਟਾ, ਤਿੰਨ ਪੈਰ ਚਿੱਟੇ, ਮਤਲਬ ਤੁਹਾਨੂੰ ਹਰੇਕ ਪਾਸਿਆਂ ਤੋਂ ਤੁਹਾਨੂੰ ਐਂ ਵਧੀਆ ਮਿਲੂਗੀ। ਅਤੇ ਦੂਜੀ ਗੱਲ, ਸਾਂਭਣ ਸੂੰਭਣ ਵਾਲੇ ਪਾਸੇ ਤੋਂ ਬਾਈ ਜੱਸੇ ਨੇ ਧੁੱਕੀ ਕੱਢੀ ਪਈ ਆ, ਇਕੱਲਾ ਘੋੜੀਆਂ ਹੀ ਨਹੀਂ ਸਾਂਭਦਾ, ਬਜ਼ੁਰਗ ਵੀ ਸਾਂਭੇ ਹੋਏ ਆ, ਬਜ਼ੁਰਗਾਂ ਨਾਲ ਵੀ ਇੰਟਰਵਿਊ ਕਰਕੇ ਦਿਖਾਉਂਦਾ ਤੁਹਾਨੂੰ, ਵੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਮਤਲਬ ਉਮਰ ਦਾ ਦਾਦਾ ਪੂਰਾ ਕਾਇਮ ਆ, ਸਾਂਭਿਆ, ਬੜਾ ਸ਼ੌਕੀਨ ਆ ਬਈ ਬਾਪੂਆਂ ਨੂੰ ਬਜ਼ੁਰਗਾਂ ਨੂੰ ਸਾਂਭਣ ਦਾ ਅਤੇ ਘੋੜਿਆਂ ਨੂੰ ਸਾਂਭਣ ਦਾ ਮੁੰਡਾ। ਆਹ ਘੋੜੀ ਮੰਨੋ, ਇਹਦਾ ਮੈਨੂੰ ਪੱਕਾ ਪਤਾ ਵੀ ਸ਼ਾਇਦ ਆਹ ਘੋੜੀ ਇਹ ਦੇ ਦੂਗਾ, ਇਹ ਨੋਟ ਰੱਖ ਲਿਓ ਗੱਲ। ਇਹ ਬਾਈ ਹੁਣੀ ਦੱਸਦੇ ਵੀ ਉਦੋਂ ਰਾਜਸਥਾਨ ਵਾਲੇ ਪਾਸਿਓਂ ਕੋਈ ਮੱਟ ਲੈਣ ਆਖਿਆ ਉਹਨਾਂ ਨੇ, ਉਸ ਦੀ ਆ ਘੋੜੀ, ਅਤੇ ਹਾਈਟੋਆਂ ਦੇ ਭਾਈ ਇਹਦੀ 63 ਇੰਚ ਹੈਗੀ ਆ, ਅਤੇ ਜੋ ਇਹ ਲੰਬੀ ਦਿਖਦੀ ਆ, ਲੰਬੀ ਤਾਂ ਯਾਰ ਕੀ ਕਹਿਣ ਦੀਆਂ ਗੱਲਾਂ ਵੀ ਇਹ ਐਡੀ ਲੰਬੀ ਆ। ਇਹ ਗੈਰੀ ਗਿੱਲ ਕੋਲ ਇੱਕ ਘੋੜਾ ਓਮਕਾਰਾ ਘੋੜਾ, ਓਮਕਾਰਾ ਉਸ ਘੋੜੇ ਤੋਂ ਇਹ ਘੋੜੀ ਗੱਬਣਾ, ਅਤੇ ਉਹ ਹੈਗਾ ਸਪਤਾਸ਼ ਦਾ, ਓਮਕਾਰਾ ਘੋੜਾ ਜਿਹੜਾ ਉਹ ਸਪਤਾਸ਼ ਦਾ, ਉਸ ਘੋੜੇ ਤੋਂ ਮੰਨ ਲਓ ਇਹ 5 ਮਹੀਨਿਆਂ ਦੀ ਗੱਬਣ ਹੋ ਗਈ। ਅਤੇ ਇਹਦਾ ਮੈਨੂੰ ਪਤਾ, ਉੱਥੇ ਮੈਨੂੰ ਰਮਜ ਜੀ ਮਿਲੀ ਸੀ ਮਾੜੀ ਜੀ, ਵੀ ਹੋ ਸਕਦਾ ਵੀ ਤੁਹਾਨੂੰ ਆਹ ਜਿਹੜੀ ਘੋੜੀ ਹੈ ਇਹ ਬਾਈ ਜੱਸੇ ਤੋਂ ਤੁਹਾਨੂੰ ਜਾਵੇ ਮੰਨ ਲਓ ਮਿਲ।
ਤੇ ਬਾਕੀ ਕੋਈ ਮਤਲਬ ਜਾਨਵਰ ਆ ਜਿਹੜੇ ਬਾਈ ਨੇ ਵੀਡੀਓ ਦੇ ਵਿੱਚ ਵੀ ਤੁਸੀਂ ਸੁਣੋਗੇ ਨਾ ਅਗਾਂਹ ਇੰਟਰਵਿਊ ਦੇ ਵਿੱਚ, ਸਾਰੇ ਜਾਨਵਰਾਂ ਬਾਰੇ ਮਤਲਬ ਉਹਨੇ ਸ਼ੌਂਕ ਵੀ ਰੱਖਦਾ ਅਤੇ ਬਾਕੀ ਕੋਈ ਮਾੜਾ ਮੋਟਾ ਸਾਲ ਦੇ ਵਿੱਚ ਕੋਈ ਬਦਲਾ ਛੱਦਰੀ ਜੇ ਕੋਈ ਬੰਦਾ ਬਾਹਲਾ ਸ਼ੌਕੀਨ ਟੱਕਰ ਜਿਹੜਾ ਕਰ ਲੈਂਦਾ ਉਹ ਉੱਡਾ ਵਪਾਰ ਵਪੂਰ ਨਹੀਂ ਗਾ ਵੀ ਕੋਈ ਵੱਧੋ ਗਿਰੀ ਨਹੀਂ, ਵੇਲਣੇ 'ਚ ਬਾਂਹ ਵਾਲੀ ਗੱਲ ਨਹੀਂ, ਬਸ ਸਵਾਦ ਸਬੂਤ ਲੈਣ ਨੂੰ ਕਰ ਲੈਂਦਾ। ਅਤੇ ਆਹ ਘੋੜੀ ਦੇਖ ਲਓ, ਇੱਕ ਤੁਹਾਨੂੰ ਘੋੜੀ ਹੋਰ ਦਿਖਾਉਂਦਾ, ਉਹ ਵੀ ਹੋ ਸਕਦਾ ਵੀ ਮੈਨੂੰ ਮੈਦਾ ਵੀ ਤੁਹਾਡੇ ਕੋਈ ਗੱਲਬਾਤ ਜਿਹੜੀ ਹੋਵੇ ਉਹ ਜੱਚ ਜੇ ਗੱਲਬਾਤ ਸੂਤ ਆ ਸਕਦੀ ਕਹਾਣੀ। ਪਹਿਲਾਂ ਆਹ ਦੇਖ ਲਈ ਨਾ ਅਵਲਾ ਘੋੜੀ, ਅਤੇ ਦੂਜੇ ਨੰਬਰ 'ਤੇ ਆਹ ਬਛੇਰਾ ਫਿਰਦਾ, ਇਹ ਬਛੇਰਾ ਸੱਜਣੋਂ ਹੈਗਾ ਅਲੀਜਾ ਘੋੜੇ ਦਾ ਬੱਚਾ, ਇਹ ਅਲੀਜਾ ਘੋੜੇ ਦਾ। ਇਹ ਆਪਣੇ ਪੰਜਾਬ 'ਚ ਹੋ ਸਕਦਾ ਵੀ ਪਹਿਲਾ ਹੀ ਬੱਚਾ ਹੋਵੇ ਅਲੀਜਾ ਘੋੜੇ ਦਾ, ਅਤੇ ਅਲੀਜਾ ਘੋੜਾ ਹੈਗਾ ਰਣੀਆਂ ਵਾਲੇ ਦਲਵਾਗ ਘੋੜੇ ਦਾ ਬੱਚਾ, ਇਹ ਰਣੀਆਂ ਵਾਲੇ ਦਲਵਾਗ ਘੋੜੇ ਦਾ ਪੋਤਰਾ ਹੈ। ਅਤੇ ਅਲੀਜਾ ਮਤਲਬ ਬਹੁਤ ਮਸ਼ਹੂਰ ਨਾਮੀ ਘੋੜਾ ਹੈ, ਮਤਲਬ ਕਾਫੀ ਨਾਂ ਉਹਦਾ ਸੁਣਨ ਨੂੰ ਮਾਰਕੀਟ ਦੇ ਵਿੱਚ ਮਿਲਦਾ, ਪਰ ਇੱਧਰਲੇ ਪਾਸੇ ਨੂੰ ਬਰੀਡਿੰਗ ਪੰਜਾਬ ਵਾਲੇ ਪਾਸੇ ਨੂੰ ਉਹਦੀ ਘੱਟ ਹੈ, ਹੋਰ ਸਟੇਟਾਂ ਦੇ ਵਿੱਚ ਉਹਦੀ ਬਰੀਡਿੰਗ ਜ਼ਿਆਦਾ। ਅਤੇ ਆਹ ਘੋੜੀ ਦਾ ਬੱਚਾ, ਇਹਦੀ ਹਾਈਟ ਬਾਈ ਹੋਣੀ, ਕਹਿੰਦੇ ਭਾਵੇਂ ਕੋਈ ਆ ਕੇ ਮਿਲ ਲਏ 61.5 ਇੰਚ ਇਸ ਘੋੜੀ ਦੀ ਹਾਈਟ ਹੈ ਸੱਜਣੋਂ। ਅਤੇ ਇਹ ਜਿਹੜੀ ਗੱਬਣ ਉਹਨਾਂ ਨੇ ਕਰਾਈ ਹੋਈ ਆ ਪ੍ਰਭਾਤ ਘੋੜੇ ਤੋਂ, ਪ੍ਰਭਾਤ ਤੁਹਾਨੂੰ ਪਤਾ ਹੀ ਆ ਵੀ ਗੱਲਬਾਤ ਪ੍ਰਭਾਤ ਦੀਆਂ ਗੱਲਾਂ ਗਾਹਾਂ ਉਤਲੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉਹ ਗੱਲਬਾਤ ਆ ਪ੍ਰਭਾਤ ਦੇ ਵਿੱਚ। ਅਤੇ ਉਹਦੇ ਤੋਂ ਇਹਨਾਂ ਨੇ ਪ੍ਰੈਗਨੈਂਟ ਕਰਾਈ ਨੂੰ 15-16 ਦਿਨ ਹੋਏ ਆ, ਹਜੇ ਚੈੱਕ ਨਹੀਂ ਹੋਈ, ਉੱਦਾਂ ਫੀਸ ਭਰੀ ਹੋਈ ਆ। ਅਤੇ ਸੱਜਣੋਂ ਇਹ ਘੋੜੀ ਨਾਲ ਵੀ ਤੁਹਾਡੀ ਜਿਹੜੀ ਕੁੰਡੀ ਆ ਉਹ ਸਕਦੀ ਆ ਫਾਸ, ਇੰਨਾ ਮੈਨੂੰ ਪਤਾ। ਅਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਜੱਸੇ ਤੋਂ ਸੁਣ ਲਓ, ਤੁਹਾਨੂੰ ਸਾਰੀਆਂ ਹੀ ਉਹਨੇ ਖੁਲਾਸੇ ਕਰ ਦੇਣੇ ਆ ਕਿ ਕਿਹੜਾ ਦੇਊਗਾ ਅਤੇ ਕਿਹੜਾ ਨਹੀਂ ਦੇਊਗਾ, ਅਤੇ ਕਿਹੜਾ ਦੇਊਗਾ ਅਤੇ ਕਿੰਨੇ ਦਾ ਦੇਊਗਾ ਅਤੇ ਕਿਵੇਂ ਦੇਊਗਾ, ਅਤੇ ਕਿਸ ਤਰ੍ਹਾਂ ਦਾ ਸੌਦਾ ਹੋਊਗਾ, ਕਿਸ ਤਰ੍ਹਾਂ ਦਾ ਕੰਮ ਕਰਦੇ ਆ, ਕਿਵੇਂ ਸ਼ੌਂਕ ਪਿਆ, ਸਾਰੀ ਗੱਲਬਾਤ ਆ ਜਿਹੜੀ ਆਪਾਂ ਬਜ਼ੁਰਗਾਂ ਸਮੇਤ ਜੱਸੇ ਨਾਲ ਕਰਦੇ ਹਾਂ। ਆ ਜਾਓ ਮੰਨ ਲਓ ਪਿੰਡ ਨਾ ਕਾਲੀਏ ਵਾਲੇ ਦੇ ਵਿੱਚ ਬੈਠਾ ਮੈਂ, ਤਲਵੰਡੀ ਭਾਈ ਦੇ ਬਿਲਕੁਲ ਨੇੜੇ ਪਿੰਡ ਆ ਡਗਰੂ ਦੇ, ਤਲਵੰਡੀ ਭਾਈ ਦੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਕਾਲੀਏ ਵਾਲਾ। ਅਤੇ ਮੇਰੇ ਨਾਲ ਬੈਠਾ ਜੱਸਾ, ਮੇਰਾ ਬਹੁਤ ਪੁਰਾਣਾ ਨੰਬਰ ਸੇਵ ਕੀਤਾ ਹੋਇਆ ਜੱਸੇ ਦਾ, ਜੱਸਾ ਨੀਲੀ ਰਾਵੀ ਵਾਲਾ। ਹੁਣ ਤਾਂ ਘੋੜੀਆਂ ਦਾ ਕੰਮ ਕਰਦੇ ਆ, ਪਰ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਦਾ ਜਿਹੜੀ ਸਭ ਤੋਂ ਕੰਮ ਦੀ ਗੱਲ ਆ, ਉਹ ਇਹ ਆ ਵੀ ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕਰੀਦਾ ਹੁੰਦਾ, ਬਜ਼ੁਰਗ ਦੀ ਇੱਕ ਰਿਸਪੈਕਟ ਕੀ ਚੀਜ਼ ਹੁੰਦੀ ਹੈ, ਉਹ ਚੀਜ਼ ਮੈਂ ਜੱਸੇ ਬਾਈ ਤੋਂ ਆ ਕੇ ਸਿੱਖੀ। ਜੱਸੇ ਬਾਈ ਦੇ ਬਾਪੂ ਜੀ ਬੈਠੇ ਆ, 100 ਸਾਲ ਦੀ ਉਮਰ ਹੋ ਗਈ, ਦਾਦਾ ਜੀ ਬੈਠੇ ਆ, ਨਾਲ ਤਾਏ ਬੈਠੇ ਆ ਬਾਈ ਦੇ। ਬਾਈ ਹੁਣਾਂ ਨੇ ਬਜ਼ੁਰਗ ਨੂੰ ਬਹੁਤ ਸਾਂਭਿਆ ਹੋਇਆ, ਬਹੁਤ ਸਿੱਖਦੇ ਆ। ਮੁੱਢ ਜੀ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਕਿ ਜੱਸੇ ਬਾਈ ਹੁਣੀ ਕਹਿੰਦੇ ਵੀ ਅਸੀਂ ਕਿਤੇ ਜਾਈਏ ਕਿਤੇ ਰਹੀਏ, ਪਰ ਸ਼ਾਮ ਦੀ ਰੋਟੀ ਅਤੇ ਸਵੇਰ ਦੀ ਚਾਹ ਅਸੀਂ ਬਜ਼ੁਰਗ ਦੇ ਨਾਲ ਬੈਠ ਕੇ ਉਹਦੇ ਮੰਜੇ 'ਤੇ ਬੈਠ ਕੇ ਪੀਣੀ ਆ। ਬਹੁਤ ਕੁਛ ਸਿੱਖਦੇ ਆ। ਅਤੇ ਜਦੋਂ ਜਿਹੜੇ ਘਰਾਂ ਦੇ ਵਿੱਚ ਬਾਈ ਬਜ਼ੁਰਗਾਂ ਦੀ ਕਦਰ ਹੁੰਦੀ ਆ, ਉਹਨਾਂ ਘਰਾਂ ਦੇ ਵਿੱਚ ਬਰਕਤਾਂ ਤਾਂ ਦਾਤਾ ਬਹਿਣ ਮੰਗੀਆਂ ਹੀ ਦੇ ਦਿੰਦਾ। ਮੈਂ ਕਹਿੰਦਾ ਵੀ ਜੇ ਤੁਸੀਂ ਰੱਬ ਤੋਂ ਵੀ ਮੰਗਦੇ ਆ ਨਾ ਤਾਂ ਤੁਸੀਂ ਮੰਗਦੇ ਆ ਫੇਰ ਮਿਲਦਾ, ਜੇ ਤੁਸੀਂ ਬਜ਼ੁਰਗ ਦੀ ਸੇਵਾ ਕਰਦੇ ਤੁਹਾਨੂੰ ਕੁਛ ਨਹੀਂ ਮੰਗਣਾ ਪੈਂਦਾ, ਉਹੀ ਦੇਈ ਜਾਂਦਾ ਦਾਤਾ। ਇਹ ਚੀਜ਼ਾਂ ਜੱਸੇ ਦੇ ਘਰ ਆ ਕੇ ਮੈਂ ਵੇਖ ਵੀ ਲਈਆਂ, ਪਹਿਲਾਂ ਸੁਣੀਆਂ ਸੀਗੀਆਂ। ਬਾਈ ਜੱਸੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਦੇਖਣ ਵਾਲਿਆਂ ਨੂੰ, ਸ਼ੌਂਕੀ ਸਰਦਾਰ ਚੈਨਲ ਵਾਲਿਆਂ ਨੂੰ, ਵੀਰਾਂ ਨੂੰ ਬਹੁਤ ਬਹੁਤ ਪਿਆਰ ਕਰੀ ਭਰੀ ਸਤਿ ਸ਼੍ਰੀ ਅਕਾਲ ਜੀ। ਜੱਸੇ ਬਾਈ ਮੈਂ ਬੈਠਾ ਪਰਿਵਾਰ 'ਚ, ਆਪਣਾ ਸਾਰਾ ਫੈਮਿਲੀ ਆ, ਹੈ ਨਾ ਬਾਈ? ਹਾਂਜੀ, ਸਾਰੀ ਫੈਮਿਲੀ ਆ ਆਪਾਂ, ਹੈ ਨਾ? ਬਾਪੂ ਬਜ਼ੁਰਗ ਬੈਠੇ ਆ। ਹਾਂਜੀ ਬਾਈ, ਮੇਰੀ ਠੀਕ ਆ। ਅੱਗੇ ਆਪਾਂ ਜਾਂਦੇ ਹਾਂ ਕਿਸੇ ਦੇ, ਜਾਂਦੇ ਹਾਂ ਕਿਸੇ ਦਾ, 100 ਬੰਦਾ ਮਾਰਕੀਟ 'ਚੋਂ ਇਕੱਠਾ ਕੀਤਾ ਹੁੰਦਾ, ਹਰੇਕ ਬੰਦਾ ਆਪਦੀ ਠੁੱਕ ਬਣਾਉਣ ਵਾਸਤੇ ਕੁਛ ਨਾ ਕੁਛ ਕਰਦਾ। ਬਿਲਕੁਲ ਬਾਈ, ਬਿਲਕੁਲ। ਪਰ ਮੈਨੂੰ ਐਂ ਲੱਗਦਾ ਵੀ ਤੂੰ ਇਸ ਗੱਲ 'ਚ ਆਪਦੀ ਠੁੱਕ ਸਮਝੀ ਕਿ ਮੈਂ ਬਾਪੂ ਨੂੰ ਪਾਉਣਾ ਨਾਲ। ਬਿਲਕੁਲ ਬਾਈ, ਪਤਾ ਗੱਲ ਕੀ ਆ, ਦੇਖੋ ਜਿਹਦੀ ਘਰੇ ਠੁੱਕ ਆ ਨਾ ਉਹਦੀ ਬਾਹਰ ਵੀ ਹੈ, ਠੀਕ ਹੈ? ਮੇਨ ਗੱਲ ਆ ਵੀ ਸ਼ੁਰੂਆਤ ਇੱਥੋਂ ਹੀ ਹੋਈ ਆ, ਜੇ ਸੀਗੇ ਤਾਂ ਗਾਂ ਸੀ ਹੈ, ਠੀਕ ਹੈ? ਇਹਨਾਂ ਨੇ ਵੀ ਸਾਰਾ ਸਿਸਟਮ ਆਪਦਾ ਸਾਂਭ ਕੇ ਰੱਖਿਆ, ਮਿਹਨਤ ਕੀਤੀ ਪੂਰੀ, ਅਤੇ ਅੱਜ ਅਸੀਂ ਵੀ ਚਲੋ ਸੌਖੇ ਹਾਂ ਇਹਨਾਂ ਦੇ ਕਰਕੇ, ਇਹਨਾਂ ਦੇ ਆਸ਼ੀਰਵਾਦ ਨਾਲ ਹੀ ਆ। ਅਤੇ ਅਸੀਂ ਕਿਸੇ ਵੀ ਕੰਮ 'ਚ, ਪਹਿਲਾਂ ਨੀਲੀ ਰਾਵੀ ਦੀਆਂ ਵੀ ਆਪਣੀਆਂ ਵੀਡੀਓ ਬਣੀਆਂ, ਅਤੇ ਉਦੋਂ ਵੀ ਦਾਦਾ ਹੀ ਤਾਇਆ ਜੀ ਮੇਨ ਅਸੀਂ ਇਹਨਾਂ ਨੂੰ ਮੂਹਰੇ ਰੱਖਦੇ ਹਾਂ। ਯਾਰ ਮਿੱਤਰ ਆਪਣੇ ਜ਼ਰੂਰ ਬਹੁਤ ਜ਼ਰੂਰੀ ਹੁੰਦੇ ਆ, ਪਰ ਸਾਨੂੰ ਪਹਿਲਾਂ ਇਹ ਆ।
ਠੀਕ ਹੈ ਜੀ ਹਾਂਜੀ ਉਹ ਯਾਰ ਮਿੱਤਰ ਭਰਾ ਸਾਰੇ ਆਪਣੇ ਉਹ ਆਪਦੀ ਥਾਂ ਹਨਾ ਤੇ ਬਾਪੂ ਵੱਡਾ ਬਾਪੂ ਬਾਪੂ ਹੀ ਹੁੰਦਾ ਇਹ ਮੇਨ ਆ ਜੀ ਮੇਨ ਇਹਨਾਂ ਦੀ ਆ ਜੀ ਹੁਣ ਇਹਨਾਂ ਨੂੰ ਸਾਂਭਦੇ ਆ ਪੂਰੀ ਕੇਅਰ ਕਰਦੇ ਆ ਜੀ ਇਹਨਾਂ ਦੀ ਤੇ 100 ਸਾਲ ਦੀ ਬਈ ਉਮਰ ਹੋ ਗਈ ਆ ਤੇ ਅਸੀਂ ਉਹ ਭਤੀਜਾ ਮੁੰਡਾ ਸਾਡਾ ਸੁਭਾਈ ਆ ਉਹਨਾਂ ਤਿੰਨਾਂ ਚਾਰਾਂ ਦਾ ਅਸੀਂ ਤੜਕੇ ਉੱਠ ਕੇ ਮਤਲਬ ਬਾਪੂ ਜੀ ਦੇ ਮੰਜੇ ਤੇ ਬਹਿ ਕੇ ਚਾਹ ਪੀਣੀ ਨਾਲ ਅਸੀਂ ਵਾਹ ਸਾਡੀ ਮੁੱਢ ਤੋਂ ਹੀ ਇਹ ਆਦਤ ਬਣੀ ਹੋਈ ਆ ਤੇ ਸਵੇਰ ਸ਼ਾਮ ਅਸੀਂ ਹਾਲ ਪੁੱਛਦੇ ਹਾਂ ਕਿਉਂਕਿ ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਰਾਵੋ ਜਿੰਨਾ ਹੋ ਸਕਦਾ ਬਜ਼ੁਰਗ ਸਾਂਭ ਲਓ ਤੇ ਸਭ ਤੋਂ ਵੱਡੀ ਦੌਲਤ ਇਹੀ ਆ ਕਿਉਂਕਿ ਬਾਅਦ 'ਚ ਮਰਿਆਂ ਦੇ ਭੋਗ 'ਤੇ ਜਿਹੜੇ ਆਪਾਂ ਲੋਕਾਂ ਨੂੰ ਦਿਖਾਉਣੇ ਆ ਨਾ ਸਰੋਪੇ ਪਾ ਕੇ ਲੀਡਰ ਸੱਦ ਕੇ ਅਤੇ ਜਿਹੜੇ ਆਪਾਂ ਜਲੇਬੀਆਂ ਖਵਾਉਣੇ ਮਟਰ ਪਨੀਰ ਉਹਨਾਂ ਦਾ ਕੋਈ ਬਾਹਲਾ ਫਾਇਦਾ ਨਹੀਂ ਹੁੰਦਾ ਉਹ ਨਾ ਵੀ ਖਵਾਵਾਂਗੇ ਦਾਲ ਨਾ ਖਵਾ ਦਾਂਗੇ ਤਾਂ ਵੀ ਸਰ ਜੂਗਾ ਪਰ ਇਹਨਾਂ ਨੂੰ ਜਾਂਦੇ ਜੀ ਚਾਹ ਪਾਣੀ ਪੁੱਛ ਲਿਆ ਕਰੋ ਮੈਂ ਜੱਸਿਆ ਇੱਕ ਚਸ਼ਮਦੀਦ ਗਵਾਂ ਇੱਕ ਕਹਾਣੀ ਦਾ ਮੁੰਡਿਆਂ ਨੇ ਪਿਓ ਵੰਡਿਆ ਬਜ਼ੁਰਗ ਸਾਂਭਣ ਲਈ ਵਿਚਾਲੜੇ ਬੰਦਿਆਂ ਨੇ ਫੈਸਲਾ ਕਰਾਤਾ ਵੀ ਇੱਕ ਮਹੀਨਾ ਉਹ ਸਾਂਭੂ ਇੱਕ ਉਹ ਸਾਂਭੂ ਮਹੀਨਾ ਉਹਨੇ ਸਾਂਭਿਆ ਮਹੀਨਾ ਉਹਨੇ ਸਾਂਭਿਆ ਮਹੀਨਾ ਉਹਨੇ ਸਾਂਭਿਆ ਮਹੀਨਾ ਉਹਨੇ ਸਾਂਭਿਆ ਤਾਂ ਇੱਕ ਬੰਦੇ ਦਾ ਰੌਲਾ ਇਸ ਗੱਲ ਪਿੱਛੇ ਪੈ ਗਿਆ ਕਹਿੰਦਾ ਮੈਨੂੰ ਮਹੀਨੀਆਂ ਕੱਤਕੇ ਆਈ ਜਾਂਦੇ ਆ ਸਾਰੇ ਕਹਿੰਦਾ ਮੈਨੂੰ ਤਾਂ ਕੱਤਕੇ ਮਹੀਨੇ ਆਈ ਜਾਂਦੇ ਆ ਤੁਸੀਂ ਵੰਡ ਗਲਤ ਕਰ ਗਏ ਅਤੇ ਉਹਨੇ ਮਹੀਨੇ ਦੀ 31 ਤਰੀਕ ਨੂੰ ਬੁੜੇ ਦਾ ਮੰਜਾ ਧੱਕ ਕੇ ਬੋਰਡ ਦੇ ਥੱਲੇ ਕਰਤਾ ਕਿ 31 ਤਰੀਕ ਨੂੰ ਨਹੀਂ ਮੈਂ ਸਾਂਭਣਾ ਅਤੇ ਬਾਪੂ 31 ਤਰੀਕ ਨੂੰ ਮਰ ਗਿਆ ਦੇਖ ਵੀਰੇ ਫਿਰ ਇਹੀ ਤਾਂ ਗੱਲ ਆ ਨਾ ਹੁਣ ਤੁਸੀਂ ਇੱਥੋਂ ਹੀ ਲਾ ਲਓ ਹਿਸਾਬ ਵੀ ਮੇਰੇ ਯਾਰ ਮਿੱਤਰ ਬਹੁਤ ਆ ਘੋੜਿਆਂ ਵਾਲੇ ਮੈਂ ਕੋਈ ਨਹੀਂ ਸੱਦਿਆ ਪਰ ਬਾਪੂ ਨੇ ਆਪਦਾ ਫਰੈਂਡ ਫੇਰ ਵੀ ਸੱਦ ਲਿਆ ਹਾਏ 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 ਬਾਪੂ ਦਾ ਯਾਰ ਆ ਹਾਂ ਇਹ ਪੁਰਾਣੇ ਯਾਰ ਆ ਇਹਨਾਂ ਨੇ ਆਪਦੇ ਮਿੱਤਰ ਸੱਦ ਲਏ ਆ ਤੇ 100 ਸਾਲ ਦੇ ਉਹ ਇਹਨਾਂ ਦੇ ਬੇਲੀ ਪੂਰੇ ਸੀ ਗੱਲ ਸਾਡੀ ਵੀ ਉਵੇਂ ਬਣਦੀ ਹੋਵੇ ਮਨਜੀਤ ਸਿੰਘ ਮੈਂ ਤਾਂ ਪੜਦਾ ਰਿਹਾ ਹਾਂ ਇਹ ਇਕੱਠੇ ਪੜਦੇ ਤੁਸੀਂ ਤੁਸੀਂ ਕਿੱਥੇ ਪੜਦੇ ਹੁੰਦੇ ਸੀ ਇੱਥੇ ਕਾਲਜੇ ਇੱਥੇ ਕਿਹੜਾ ਕਾਲਜ ਆ ਇੰਨਾ ਪੁਰਾਣਾ ਸਕੂਲ ਕਾਲਜ ਸਕੂਲ ਹੈ ਸਕੂਲ ਸੀ ਯਾਰ ਗੱਲ ਕਰੋ ਨਾ ਕਾਠ ਕਾਠ ਵੇਖੋ ਨਾ ਸਨ ਵੇਖੋ ਕਿੱਥੇ ਆ ਕਾਠ ਚ ਇੱਧਰ ਹੁਣ ਨਹੀਂ ਫਿਰਦੇ ਜੇ ਕਾਠ ਕਿ ਅੱਜ ਤੋਂ 70 ਸਾਲ ਦੀ ਗੱਲ ਪਹਿਲਾਂ ਉਹੀ ਗੱਲ ਹੈ ਜੀ ਵੰਡ ਵੇਲੇ ਦੀ ਗੱਲ ਹੈ ਚਾਰ ਕਿ ਮਾਤਾ ਦਾ ਸਕੂਲ ਸੀ ਕਾਲਗੇ ਬਾਅਦ ਦੇ ਦੌਰ ਤੋਂ ਚਲੇ ਗਏ ਮੈਂ ਤਾਂ ਦੋ ਚਾਰ ਕਿੱਥੇ ਸੀ ਜੀ ਤੁਰ ਕੇ ਜਾਣਾ ਤੇ ਬੰਬੇ ਵਿੱਚ ਰੋਕ ਲਾ ਕੇ ਬਾਕੀ ਇਹਨਾਂ ਤੋਂ ਹੀ ਫਿਰ ਪੁਰਾਣਾ ਸਾਨੂੰ ਘੋੜੀਆਂ ਦਾ ਮਤਲਬ ਉਵੇਂ ਤੁਰਿਆ ਇਹ ਨਹੀਂ ਅਸੀਂ ਵੀ ਅੱਜ ਰੱਖਣ ਲੱਗ ਗਏ ਜਾਂ ਕੱਲ ਤੇ ਨਾ ਤਾਂ ਕੋਈ ਸਾਨੂੰ ਐਵੇਂ ਵਾਲੀ ਗੱਲ ਕਹਿ ਦੀ ਇੰਨਾ ਬਰੀਡ ਦਾ ਪਤਾ ਸੀ ਬਾਈ ਸਿੱਧੀ ਗੱਲ ਆ ਬਾਪੂ ਵਰਗਿਆਂ ਦੀਆਂ ਰੱਖੀਆਂ ਸੀ ਪੁਰਾਣੀਆਂ ਜੀ ਅੰਗਰੇਜ਼ਾਂ ਵੇਲੇ ਦੀਆਂ ਪਹਿਲਾਂ ਦੀਆਂ ਮਤਲਬ ਮੈਂ ਤਾਂ ਮਰੱਬਾ ਪਾਲ ਘੋੜੀ ਹੁੰਦੀ ਤੁਹਾਡੇ ਕੋਲ ਇਹ ਤਾਇਆ ਜੀ ਨੂੰ ਪਤਾ ਉਹ ਗੱਲ ਦਾ ਜੀ ਮਤਲਬ ਸਾਨੂੰ ਜ਼ਮੀਨ ਜੀ ਉੱਥੋਂ ਮਿਲੀ ਸੀਗੀ ਸਾਡੇ ਦਾਦੇ ਜੀ ਨੇ ਪਿੰਡ ਬੱਤਾ ਸਾਹਿਬਾ ਸਿਵਲਾ ਜੀ ਉਹਦੇ ਕੋਲ ਸੀਗੇ ਆਪਣੇ ਘੋੜੀ ਤੇ ਵਿਛੇਰੀ ਜੀ ਤੇ ਉਹ ਤਹਿਸੀਲਦਾਰ ਆਂਦਾ ਵੀ ਮੈਨੂੰ ਕਿਤੇ 10 ਬੈ ਗਈ ਜੋ ਤੁਹਾਨੂੰ ਪੈ ਰਹੀ ਹੈ ਉਹ ਕਹਿੰਦੇ ਮੈਨੂੰ ਵਿਛੇਰੀ ਦੇ ਦੇ ਤੇ ਅੱਗੇ ਘੋੜੀ ਫੇਰੀ ਪਰ ਤੇ ਮਗਰ ਲਕੀਰ ਕੱਢ ਦੇ ਉਹਨੂੰ ਜ਼ਮੀਨ ਵਾਲਾ ਫਿਰ ਉਹ ਕਹਿੰਦਾ ਵੀ ਮੈਂ ਉਹਨੇ 270 ਕਿੱਲੇ ਵਾਲੇ ਮਿੱਠੂ ਨੀ ਸਾਉਂਦੀ ਪੈ ਲਈ ਇੰਨੀ ਤੇ ਮੁੜਕੇ ਤਾਂ ਫਿਰ ਗੱਲਾਂ ਤੁਰੀਆਂ ਜਾਂਦੀਆਂ ਜੀ ਮੁੜਕੇ ਜਿਹੜਾ ਉਹਦਾ ਮੁੰਡਾ ਸੀਗਾ ਭਾਗ ਸਿੰਘ ਉਹਦੇ ਵੀ ਚਾਰ ਘੋੜੀਆਂ ਰੱਖੀਆਂ ਸੀ ਉਹ ਤਾਂ ਮੈਂ ਰੱਖਿਆ ਸੀ ਚਾਰ ਕਮਾਂ ਜ਼ਮੀਨ ਤਾਂ ਸਾਡੀ ਜਿੱਥੇ ਅਸੀਂ ਰਹਿੰਦੇ ਸੀ ਪਿੰਡ ਕੱਲਿਆਂ ਦੇ ਸੀ ਜੀ ਹੁਣ ਤਾਂ ਸਾਡੇ ਸੁੱਖ ਨਾਲ 30-32 ਘਰ ਬਣ ਗਏ ਆ ਜੀ ਤੇ 12 ਕਮਾਂ ਸਾਡੀ ਪਸ਼ੂਆਂ ਦੀ ਚਰਾਂ ਤੇ ਵਿਚਾਲੇ ਛੱਪੜ ਛੱਡਿਆ ਜੀ ਅਜੇ ਸਮਾਜ ਦਾ ਬਾਬਿਆਂ ਨੂੰ ਦੇਤਾ ਹੈ ਸਾਰੇ ਘਰਾਂ ਨੇ ਇਹ ਨਹੀਂ ਕਹਿੰਦੇ ਕੱਲਿਆਂ ਨੇ ਦੇਤਾ ਜੋ ਵੀ 5-7 ਘਰਾਂ ਦਾ ਸੀਗਾ ਉਹ ਬਾਬਿਆਂ ਨੂੰ ਮੱਥਾ ਟੇਕਦਾ 12 ਕਮਾਂ ਸ਼ੁਕਰ 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 ਤੇ ਜਿਹੜੇ 4 ਕਮਾਂ ਪਿੰਡ ਆ ਸਾਡਾ ਉਹ ਅਜੇ ਵੀ ਪਿਆ ਹੋਏ ਕੰਧਾਂ ਵੀ ਹੈਗੀਆਂ ਉੱਥੇ ਮਾੜੀਆਂ ਮੋਟਾ ਤੇ ਉੱਥੇ ਫਿਰ ਬਾਬੇ ਨੇ ਚਰਾਉਣ ਚਰਾਉਣ ਦਾ ਛੱਡ ਦੇਣੀਆਂ ਬਾਹਰ ਹੀ ਰਹੇ ਆ ਇਹ ਮੇਰਾ ਡੈਡੀ 7 ਸਾਲ ਦਾ ਜਦੋਂ ਅਸੀਂ ਇੱਥੇ ਕਾਲਗਿਆ ਲੈ ਆਏ ਆ ਅੱਛਾ ਪਹਿਲਾਂ ਪਿਛੋਕੜ ਹੋਰ ਕਿਸੇ ਦਾ ਕਿਤੋਂ ਦਾ ਤੁਹਾਡਾ ਨਹੀਂ ਪਹਿਲਾਂ ਤਾਂ ਪੱਥੇ ਪੱਥਰ ਵਾਲੇ ਪਤਾ ਨਹੀਂ ਇੰਨਾ ਮੈਨੂੰ ਜ਼ਿਆਦਾ ਨਹੀਂ ਪੱਕਾ ਪੱਥਰ ਵਾਲਾ ਬਠਿੰਡੇ ਵਾਲਾ ਜੀ ਉੱਥੇ ਸਰਾਗ ਹੋਤਾ ਹੈ ਮੁਦਕੀ ਦਾ ਵੀ ਪਿੱਛਾ ਪਰ ਜਾਨੀ ਕਿ ਸਹਿਬੇ ਵਾਲੇ ਤੋਂ ਸਾਨੂੰ ਸਟੋਰੀ ਦਾ ਪਤਾ ਹੈ 7ਵੀਂ ਪੀੜ੍ਹੀ ਆ ਸਾਡੀ ਜੀ ਬੁਰਜ ਸਾਹਿਬਾ ਬਾਈ ਦਾ ਚਾਚੇ ਦੀ ਉਮਰ ਤਾਂ ਇਹ ਤਾਂ ਫਿਰ ਵੰਡ ਤੋਂ ਵੀ ਪਹਿਲਾਂ ਦੇ ਸਾਰਾ ਚੇਤਾ ਵੰਡਦਾ ਸਾਰਾ ਮਤਲਬ ਚੇਤਾ ਇਹਨਾਂ ਨੂੰ ਹਰ ਚਾਜੀ ਹੋਈ ਹੈ ਵੰਡ ਹੋਈ ਹੈ ਭਾਦੋਂ ਚ ਜੀ ਬਾਪੂ ਦਾ ਵਿਆਹ ਹੋਇਆ ਸੀ ਉਦੋਂ ਬਾਪੂ ਜਵਾਨ ਸੀ ਪੂਰੀ ਸੁਰਤ ਸੀ ਬਾਪੂ ਵੰਡ ਵੇਲ ਤਾਂ ਤੈਨੂੰ ਪੂਰੀ ਸੁਰਤ ਆ ਪਾਕਿਸਤਾਨ ਦੀ ਵੰਡ ਹੋਈ ਜਦੋਂ
जवान सेवा पूरा पूरा तैयारी जी व्याह होया सीगा पाकिस्तान दा रोला पिया बापू दा तां कल दी गल आ पंड बापू जी पिंड च यार मित्र हुंदे सी तुहाडे जिहड़े इधरों उठ गए पुराने यार हुंदे सी तुहाडे जिहड़े उधर उठ गए हुण वंड वेले पुराने आउंदे सारे जी हवा ही एह जी चल गई गलत हो गया काम हवा ढाई जैन चल गई है अपने जे क्रोप उधर ले भी गुजर गए ते इधर ले भी ढाई जैन मी पई जाने तेरा मेरा मन टूट गया बस गल मुका भी जसेना ओ हो ऐ हो जी हवा दियो सही है हुंदी हवा ही है हां जी बिल्कुल बिल्कुल हां बापू ने बिलकुल जी बिलकुल फिर मझां भी साढ़े कोल सिकंदर भाई उदों पाकिस्तान वेले दीआं इन्नी लीरां भी बहुत चंगीआं सीगीआं जिहदे करके असीं मतलब ना बहुत मालक दी कृपा ने इधर अपना रहा नीली रावी च ते उदों बाद घोड़ियां वाला काम कर लिया घोड़ियां वाला भाई नाल दी नाल ही चली गया घोड़ियां वाला दा विचों थोड़े जिहे साल जिवें फिर बापू ने घटातीआं सीगीआं फिर ताए वर्गिआं ने फिर रख लईआं गां इक दो रखी गए जिवें नानकी जाणा दादी मेरी हुंदी सीगी उहने भागे ताए हुणां नूं नानकी जा वड़ना सद्दे वाले क्योंकि फिर गां नानकिआं बापू नूं घट गिआ ते इहनां दे नानकिआं नूं सीगा जी फिर उहनां उह घोड़ियां उह रखदे सी उहनां तों इह लै बत्ती नाल बत्ती जुड़ी रहे बस चली गिआ कम्म ओदू बाद फिर मैनू थोड़ा जिहा सीगा ते फिर मेरी अपने सत्कारयोग वड्डे भाई आ बई गुरप्रताप गैरी गल बई गैरी हां गैरी हैना मेरे कोले ना बई सबब की बनिया मैं घोड़ियां च ज्यादा इधर क्यों आना सीगा मेरे कोले झोटा सीगा इक ते इक मझ मतलब एड्डी क वड्डी सी ना ओ वी जिन्नी भी कह लो झूठ वाली गल आ बस जिवें अज 70 इंच दा 72 इंच दा घोड़ा कह लो मतलब ओह गल सीगी ਤੇ ਉਹ ਬਾਈ ਨੂੰ ਪਸੰਦ ਆ ਗਏ ਕੁਦਰਤੀ ਬਾਈ ਆਇਆ ਉਹਨੂੰ ਦੱਸ ਪਈ ਤੇ ਉਹ ਆਏ ਬਾਈ ਪਹੁੰਚ ਗਿਆ ਆਪਦੇ ਸੱਜਣ ਮਿੱਤਰਾਂ ਨਾਲ ਮੈਨੂੰ ਕਹਿੰਦੇ ਵੀ ਜੱਸੇ ਵੀ ਇਹ ਜਾਨਵਰ ਮੈਨੂੰ ਦੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਬਾਈ ਵੀ ਗੱਲ ਹੀ ਕੋਈ ਨਹੀਂ ਮੈਂ ਕਿਹਾ ਗੱਡੀ ਮੰਗਾਓ ਮੈਨੂੰ ਕਹਿੰਦੇ ਪੈਸੇ ਮੈਂ ਕਿਹਾ ਪੈਸਿਆਂ ਦਾ ਬਈ ਗੱਲ ਹੀ ਕੋਈ ਨਹੀਂ ਵੀ ਜੋ ਮਰਜ਼ੀ ਜਦੋਂ ਮਰਜ਼ੀ ਦੇ ਦਿਓ ਵੀ ਤੁਸੀਂ ਜਾਨਵਰ ਲਦਾਓ ਕੋਈ ਗੱਲ ਨਹੀਂ ਜੇ ਪਸੰਦ ਆ ਤਾਂ ਫਿਰ ਬਾਈ ਨੇ ਨਾ ਬਈ ਮੈਨੂੰ ਘੋੜੀ ਦਿੱਤੀ ਇੱਕ ਗਿਫਟ ਕਹਿੰਦਾ ਲੈ ਫਿਰ ਤੈਨੂੰ ਘੋੜੀ ਦਿੰਦੇ ਆ ਐਡਮ ਦੀ ਘੋੜੀ ਸੀ ਉਹ ਡਾਇਰੈਕਟ ਨੀਲੀ ਲਾਸਟ ਡਾਟਰ ਸੀ ਮੇਰੇ ਹਿਸਾਬ ਨਾਲ ਉਹ ਐਡਮ ਦੀ ਹਾਂ ਉਹ ਫਿਰ ਮੈਥੋਂ ਮੈਂ ਉਹ ਦੂਜਾ ਮੈਨੂੰ ਕਹਿੰਦਾ ਵੀ ਚੱਲ ਜੇ ਤੇਰਾ ਕਿਤੇ ਹੋਇਆ ਨਾ ਵੇਚ ਵੀ ਲਈ ਕੋਈ ਨਾ ਐਂ ਨਾ ਕਹੀ ਵੀ ਤੈਨੂੰ ਦੇਤੀ ਆ ਤੇ ਹੁਣ ਤੂੰ ਪੱਲੇ ਹੀ ਬੰਨਣੀ ਆ ਜੇ ਤੇਰਾ ਵੀ ਸਰਕਲ ਘੁੰਮਦਾ ਹੋਇਆ ਨਾ ਕਿਉਂਕਿ ਜਿਹੜੀਆਂ ਘੋੜੀਆਂ ਸੀਗੀਆਂ ਉਹ ਬਈ ਆਪਣੇ ਕੋਲੇ ਥੋੜ੍ਹਾ ਜਿਹਾ ਸੀਗੀਆਂ ਮਤਲਬ ਹੈ ਤਾਂ ਚੰਗੀਆਂ ਸੀ ਪਰ ਉਵੇਂ ਨਹੀਂ ਸੀਗਾ ਜੇ ਘਰਦਿਆਂ ਨੂੰ ਕਹਿਣਾ ਯਾਰ ਵੀ ਘੋੜੀ ਤਾਂ 5-4 ਲੱਖ ਦੀ ਵਿਖਦੀ ਆ ਇਹਨਾਂ ਨੇ ਕਹਣਾ ਯਾਰ ਕਾਹਨੂੰ ਝੂਠ ਮਾਰਦੇ ਆ ਘੋੜੀ ਤਾਂ 30-35 ਹਜ਼ਾਰ ਦੀ ਹੁੰਦੀ ਆ ਮੈਂ ਇਹਨਾਂ ਨੂੰ ਕਹਿੰਦਾ ਰਿਹਾ ਯਾਰ ਮੈਂ ਕਿਹਾ ਘੋੜੀਆਂ ਯਾਰ ਰੇਟ ਚੰਗੇ ਆ ਵੀ ਬਤਾਇਆ ਵੀ ਇਹ ਨਾ ਵੇਖਣਾ ਚਾਹੀਦਾ ਆਪਾਂ ਨੂੰ ਸਿਸਟਮ ਵੀ ਨਿਕਲ ਗਏ ਬਾਹਰ ਫਿਰ ਉਹ ਗੈਰੀ ਬਾਈ ਨੇ ਦਿੱਤੀ ਉਹ ਘੋੜੀ ਭਰਾਵਾ ਸਾਡੀ ਵਿਖੀ 3.5 ਲੱਖ ਦੀ ਗਿਫਟ ਵਾਲੀ ਫਿਰ ਸਵਾਦ ਪੈ ਗਿਆ ਅਸਲ ਮੈਂ ਠੀਕ ਆ ਫਿਰ ਮੈਂ ਕਿਹਾ ਬਾਈ ਵੀ ਮੈਨੂੰ ਨਾ ਘੋੜੀ ਲੈ ਕੇ ਦੇ ਬਾਈ ਨੇ ਨਾ ਘੋੜੀ ਲੈ ਕੇ ਦਿੱਤੀ ਮੈਨੂੰ 1.5 ਲੱਖ ਦੀ ਜਿਹਦੇ ਵਿੱਚ ਕਹਾਣੀ ਸੀ 1.5 ਲੱਖ ਵਾਲੀ ਦੀ ਵੀ 5,000 ਮੇਰੀ ਛੋੜ ਕਰਾ ਦੇ 1:45 ਦੀ ਗੈਰੀ ਬਾਈ ਨੇ ਘੋੜੀ ਲੈ ਕੇ ਦਿੱਤੀ ਉਹ ਕਹਿੰਦਾ ਨਾ ਵੀ ਇਹ ਜੱਸੇ ਤੇਰੇ ਤੈਨੂੰ ਦੇਤੀ ਇਹ ਘੋੜੀ ਮੇਰੀ ਆ ਵੀ ਮੈਂ ਲਈ ਆਪਦੇ ਲਈ ਆ ਪਰ ਦੇ ਮੈਂ ਤੈਨੂੰ ਦਿੱਤੀ ਵੀ ਬੱਚੇ ਵੀ ਮੈਨੂੰ ਦੇ ਦੀ ਤੇ ਤੇਰਾ ਵੀ ਤੇਰਾ ਤੈਨੂੰ ਇਹੀ ਚਾਹੀਦਾ ਨਾ ਵੀ ਤੇਰਾ ਕਮਾਈ ਦਾ ਸਾਧਨ ਬਣੇ ਤੂੰ ਦਰਮਿਆਨੇ ਪਰਿਵਾਰ ਚੋਂ ਆ ਮੈਂ ਕੋਈ ਬਾਹਲਾ ਨਹੀਂ ਗਾ ਹਨਾ ਆਪਾਂ ਸਾਦੇ ਪਰਿਵਾਰ ਚੋਂ ਆ ਨੋਰਮਲ ਉਹ ਕਹਿੰਦਾ ਵੀ ਤੇਰਾ ਵੀ ਲੋਟ ਆ ਜੇ ਘੋੜੀ ਚੰਗੀ ਆ ਵੀ ਮੇਰੇ ਕੋਲ ਕੋਈ ਬਾਹਲਾ ਚੰਗਾ ਗਾਹਕ ਹੈਗਾ ਉਹਨੇ ਇੱਥੋਂ ਫਿਰ ਗਾਂਹ ਲੈ ਜਾਣੀ ਆ ਨਫੇ ਨਾਲ ਵੀ ਇੱਥੇ ਟਿੱਕੀ ਖੜੀ ਉਹ ਫਿਰ ਅਸੀਂ ਮਲਾਈ ਦਰੋਣੇ ਤੋਂ
ਉਹਨੇ ਫਿਰ ਕਰਮਦੇਵ ਪੈਦਾ ਕੀਤਾ। ਅੱਛਾ ਹਾਂ, ਜਿਹੜਾ ਬਾਈ ਕੋਲੇ ਕਰਮਦੇਵ ਘੋੜਾ ਬੜਾ ਵੱਡਾ ਬੜਾ ਵੱਡਾ ਉਹ ਕੀਤਾ ਪੈਦਾ, ਉਹ ਤੁਹਾਡੇ ਘਰੇ ਹੀ ਪੈਦਾ ਹੋਇਆ? ਹਾਂ ਉਹ ਆਪਣੇ ਘਰੇ ਪੈਦਾ, ਹਾਂ ਉਹ ਘਰੇ ਉਹ ਘਰੇ ਆਪਣੇ ਤਾਂ ਮੈਂ ਨਾ ਉਹ ਘਰੇ ਆਪਣੇ ਜੰਮ ਪਿਆ। ਠੀਕ ਆ, ਮੈਂ ਕਿਹਾ ਵੀ ਬਾਈ ਵਧਾਈਆਂ ਤੈਨੂੰ ਵੀ ਬਛੇਰਾ ਦੇਤਾ। ਔਰ ਮੈਂ ਇਹ ਗੱਲ ਆ ਵੀ ਬਾਈ ਵੀਡੀਓ ਦੇਖੂਗਾ ਵੀ ਸੁਣੂਗਾ ਵੀ ਜਦੋਂ ਬਛੇਰਾ ਖੜਾ ਹੋਇਆ ਨਾ, ਠੀਕ ਹੈ, ਮੈਂ ਫੋਟੋ ਪਾਈ ਬਾਈ ਨੂੰ ਔਰ ਬਾਈ ਨੇ ਉੱਦਣ ਹੀ ਕਹਿਤਾ ਸੀ, ਕਹਿੰਦਾ 70 ਇੰਚ ਤੋਂ ਘੱਟ ਘੋੜਾ ਨਹੀਂ ਬਣਦਾ। ਮੇਰੇ ਉਹ ਗੱਲ ਹਜੇ ਵੀ ਮੇਰੇ ਦਿਮਾਗ 'ਚ ਠਣਕੀ ਜਾਂਦੀ ਵੀ ਯਾਰ ਇੱਕ ਘੰਟੇ ਦਾ ਬੱਚਾ ਫੋਟੋ ਦੇ ਬੰਦੇ ਨੇ ਕਿਵੇਂ ਜੱਜ ਕਰ ਲਿਆ। ਵਾਹ ਕਿਆ ਬਾਤ, ਇਹ ਸੱਚਾਈ ਆ ਗੱਲ, ਇਹ ਮਤਲਬ ਇੱਕ ਘੰਟੇ ਦਾ ਬੱਚਾ ਫੋਟੋ ਤੇ ਦੱਸਦਾ ਸੀ। ਫਿਰ ਬਾਈ ਕਹਿੰਦਾ ਵੀ ਬੜਾ ਚੰਗਾ ਹੋਇਆ ਵੀ ਤੇਰੀ ਕਿਸਮਤ ਨਾ ਜਿਹੜੀ ਤੇਰੀ ਵੀ ਬਾਹਲੀ ਚੰਗੀ ਹੈ, ਕਿਉਂਕਿ ਅਸੀਂ ਵੀ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ ਨਾ, ਕਿਸੇ ਦਾ ਮਾੜਾ ਨਹੀਂ ਕੀਤਾ ਚੰਗਾ ਨਹੀਂ ਕੀਤਾ, ਉਹਦੇ ਕਹਿਣ ਨੂੰ ਆਪਦਾ ਘਰੇ ਰਹਿੰਦੇ ਹਾਂ, ਜਾਨਵਰਾਂ ਦੀ ਸੇਵਾ ਕਰਦੇ ਹਾਂ। ਉਹ ਫਿਰ ਮੈਂ ਘੋੜੀ ਭੇਜਤੀ ਉੱਥੇ ਫਾਰਮ 'ਤੇ ਬਾਈ ਕੋਲੇ, ਚਲੀ ਗਈ ਬਾਈ ਕੋਲੇ। ਠੀਕ ਹੈ, ਫਿਰ ਉਹ ਵਛੇਰਾ ਸਾਂਭਿਆ ਅਤੇ ਘੋੜਾ ਬਣ ਗਿਆ। ਫਿਰ ਉਹ ਮਤਲਬ ਬਾਈ, ਮੈਂ ਕਿਹਾ ਬਾਈ ਕਹਿੰਦਾ ਵੀ ਘੋੜੀ, ਮੈਂ ਕਿਹਾ ਕੋਈ ਗੱਲ ਹੀ ਨਹੀਂ। ਬਾਈ ਕਹਿੰਦਾ ਫਿਰ ਤੈਨੂੰ ਵੀ ਨਿਹਾਲ ਕਰ ਦਿੰਦੇ ਹਾਂ। ਅਤੇ ਮੈਂ ਕਿਹਾ ਬਾਈ ਮੈਂ ਕੁਛ ਕਹਿਣਾ ਹੀ ਨਹੀਂ, ਤੁਹਾਡੀ ਘੋੜੀ ਆ, ਤੁਸੀਂ ਦਿੱਤੀ ਆ ਸਾਂਭਣ ਵਾਸਤੇ, ਹੈ ਨਾ, ਵੀ ਆਪਾਂ ਤਾਂ ਸੇਵਾ ਕਰੀ ਜਾਂਦੇ, ਤੁਹਾਡੇ ਨਾਲ ਪਿਆਰ ਆ, ਨਾ ਮੈਂ ਵੇਚਣੀ ਪਾਸੇ। ਔਰ ਮੈਨੂੰ ਇੱਥੇ ਕਈ ਬਰੀਡਰ ਆ ਗਏ ਸੀ, ਜਦੋਂ ਮੈਨੂੰ ਕਹਿੰਦੇ ਵੀ ਘੋੜੇ ਕਿੰਨੇ ਦੀ ਲਈ, 1.5 ਦੀ ਵੇਚਣੀ ਆ, ਵੇਚ ਦਾਂਗੇ, ਕਿੰਨੇ ਦੀ, 65,000 ਲੈ ਲਾ। ਯਾਰ 15-20 ਲੱਖ ਵਾਲੀ ਘੋੜੀ ਸੀ ਉਹ, ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਆਹ ਚੱਕਰ ਕਾਹਤੋਂ ਆ, ਵੀ ਜਦੋਂ ਮੁੱਲ ਮੰਗ ਲਏ, ਪਹਿਲਾਂ ਕਹਿਣਗੇ ਵੀ ਤੂੰ ਮੰਗ ਕਿੰਨੇ ਮੰਗਣੇ, ਫਿਰ ਉਦੋਂ ਅੱਧ 'ਚ ਉਹਦਾ ਮਤਲਬ ਮੈਨੂੰ ਕੋਈ ਕਰੇ 65 ਲੈ ਲਾ, ਕੋਈ 70, ਮੈਂ ਕਿਹਾ ਬਾਈ ਮੈਂ ਵੇਚਦਾ ਹੀ ਨਹੀਂ, ਹੈ ਨਾ। ਅਤੇ ਅੱਡੋ ਅੱਡ ਹਰੇਕ ਤਰ੍ਹਾਂ ਦੇ ਲੋਕ ਆਉਂਦੇ ਆ। ਫਿਰ ਬਾਈ ਨੇ ਨਾ ਮੈਨੂੰ ਵੀਰੇ, ਉਹ ਮੈਨੂੰ ਅਸੀਂ ਇੰਨੇ ਖੁਸ਼ ਹੋਏ ਨਾ, ਹੁਣ ਕਈ ਮੈਨੂੰ ਕਹਿ ਦੇਣਗੇ ਯਾਰ ਤੂੰ ਐਡਾ ਬਛੇਰਾ ਬਣਨ ਵਾਲਾ ਸੀ ਯਾਰ, ਹੈ ਨਾ। ਯਾਰ ਜਦੋਂ ਉਹ ਭਰਾ ਵੱਡਾ, ਜਦੋਂ ਮੇਰਾ ਤੇ ਉਹਦਾ ਫਰਕ ਹੀ ਨਹੀਂ ਯਾਰ ਕੋਈ, ਹੁਣ ਵੀ ਆਪਣਾ ਹੀ ਆ। ਹਾਂ ਹੁਣ ਵੀ ਆਪਦਾ ਹੀ ਆ, ਕਿਹੜਾ ਕੋਈ। ਮੈਂ ਇੱਥੇ ਰੱਖ ਕੇ ਕੀ ਕਰਨਾ ਸੀ, ਘੋੜੀਆਂ ਹੀ ਮਿਲਾਉਣੀਆਂ ਸੀ, ਉੱਥੇ ਮਿਲਾ ਲਏ ਉਹਨੇ, ਗੱਲ ਤਾਂ ਇਹੀ ਆ। ਫਿਰ ਬਾਈ ਨੇ ਮੈਨੂੰ ਆਹ 3 ਦਿੱਤੀਆਂ ਬਾਈ, ਚੌਥਾ ਬੂਟਾ ਮਗਰ ਲੱਗ ਗਿਆ। 4 ਦਿੱਤੀਆਂ, 3 ਦਿੱਤੀਆਂ ਦਰੋਣੇ ਦੀਆਂ ਬਛੇਰੀਆਂ, ਚੌਥੀ ਮਗਰ ਬੱਚੀ, 4 ਦਿੱਤੇ ਆ, ਅਤੇ ਆਪਾਂ ਉਹਦਾ ਦੇਣ ਕਿਵੇਂ ਦੇਵਾਂਗੇ ਯਾਰ। ਹੋ ਸਕਦਾ ਵੀ ਮੇਰੇ ਕੋਲ ਕਰਮਦੇਵ ਖੜਾ ਰਹਿੰਦਾ ਜੇ ਮੈਂ ਜਦ ਕਰ ਜਾਂਦਾ ਜਾਂ ਕਿਵੇਂ ਵੀ ਸੀ, ਤੇ ਆਪਣੇ ਤੋਂ ਉਸ ਲੈਵਲ ਤੇ ਬਣਨਾ ਵੀ ਨਹੀਂ ਸੀ ਜੋ ਉਹਦੇ ਕੋਲ ਐਕਸਪੀਰੀਅੰਸ ਆ ਉਹਦੇ ਕੋਲ ਹੀ ਆ। ਬਿਲਕੁਲ ਬਿਲਕੁਲ, ਘੋੜਾ ਇੰਡਸਟਰੀ ਦੀ ਦੇਖ, ਮੈਂ ਇਹਨੂੰ ਖੁੱਲੇ 'ਚ ਕਹਿਣ 'ਚ ਕੋਈ ਮੈਨੂੰ ਝਿਜਕ ਨਹੀਂ ਗੀ ਕਿ ਘੋੜਾ ਇੰਡਸਟਰੀ ਦੇ ਵਿੱਚ ਉਹ ਆਪਣੇ ਆਪ 'ਚ ਇੱਕ ਇਕੱਲਾ ਇੰਡਸਟਰੀ ਆ। ਬਿਲਕੁਲ ਬਿਲਕੁਲ, ਠੀਕ ਹੈ ਕਿ ਨਹੀਂ? ਬਿਲਕੁਲ ਵੀਰੇ, ਆਪਣੇ ਆਪ 'ਚ ਇੰਡਸਟਰੀ ਆ, ਕੋਈ ਇਹਨੂੰ ਨਾ ਕਿਸੇ ਐਡ ਦੀ ਲੋੜ ਆ, ਜਿਹਦੀ ਐਡ ਉਈ ਹੋਈ ਜਾਂਦੀ ਆ, ਮੇਰੇ ਵਰਗਾ ਗੱਲ ਕਰ ਦਿੰਦਾ, ਤੇਰੇ ਵਰਗਾ ਗੱਲ ਕਰ ਦਿੰਦਾ ਕਿਸੇ ਬਾਈ। ਮੈਂ ਨਾ ਆਪਣੇ ਆਪ ਹੀ ਵੀ ਆਪਾਂ ਕਹਿ ਦਿੰਦੇ ਹਾਂ ਹੁਣ ਵੀ ਘੋੜੀਆਂ, ਹੈ ਨਾ, ਵੀ ਪੈਸੇ ਨਾਲ ਵੀ ਨਹੀਂ, ਅਗਲਾ ਕਹਿੰਦਾ ਨਾ ਵੀ ਜੇ ਮੇਰਾ ਪੈਸੇ ਨਾਲ ਫਾਰਮ ਬਣਾ ਲੂੰਗਾ, ਪੈਸੇ ਨਾਲ ਵੀ ਨਹੀਂ। ਸਾਡਾ ਦੇਖੋ ਜਦੋਂ ਮੈਂ ਉਹ ਝੋਟਾ ਦੇ ਮੱਝ ਵੇਚੇ ਨਾ ਬਾਈ, ਮੈਂ ਉਦੋਂ ਆਹ ਜਗ੍ਹਾ ਲੈ ਲਈ, ਪੈਸਾ ਮੈਂ ਫਿਰ ਨਹੀਂ ਖਰਾਬ ਕੀਤਾ, ਮੈਂ ਵੀ ਗੱਡੀਆਂ ਲੈ ਸਕਦਾ ਸੀ ਜਾਂ ਕੋਈ ਵੱਡੀ ਲੈ ਲੈਂਦਾ, ਹੋਰ ਕਰ ਲੈਂਦਾ ਸਿਸਟਮ, ਮੈਂ ਉਦੋਂ ਆਹ ਜਗ੍ਹਾ ਲਈ। ਤੇ ਇੱਕ ਘੋੜੀ ਨੇ ਮੇਰੀਆਂ 5 ਘੋੜੀਆਂ 4 ਬਣਾ ਤੀਆਂ, ਆਪਾਂ ਨੂੰ ਠੀਕ ਆ, ਤੇ ਮੇਰਾ ਫਾਰਮ ਬਣ ਗਿਆ ਬਾਈ। ਹਾਂ ਆਪਾਂ ਅਸੀਂ ਫਾਰਮ ਵਾਲੇ ਹੋ ਗਏ, ਆਪਾਂ ਫਾਰਮ ਵਾਲੇ ਬਣ ਗਏ, ਤੇ ਚੰਗਿਆਂ ਨਾਲ ਖਾਂਦੇ ਹੋ ਗਏ। ਹਾਂ ਬਿਲਕੁਲ, ਜਿਹੜੀਆਂ ਦਰੋਣੇ ਦੀਆਂ 3 ਆ, ਚੌਥੀ ਜਹਾਂਗੀਰ ਦੀ ਬੱਚੀ ਆ, 4 ਫੀਮੇਲਾਂ ਹੀ ਆ। ਬਿਲਕੁਲ, ਤੇ ਉਹਨੇ ਆਪਾਂ ਨੂੰ ਚੰਗਿਆਂ ਨਾਲ, ਪੂਰੇ ਚੰਗਿਆਂ ਨਾਲ ਖਹਿਣ ਵਾਲੇ ਕਰਤਾ। ਬਿਲਕੁਲ ਬਿਲਕੁਲ ਜੀ, ਬਿਲਕੁਲ, ਬੰਬੇ ਤੋਂ ਕਾਲਾ ਆਉਣ ਵਾਲੇ ਕਰਤਾ ਆਪਾਂ ਨੂੰ। ਚਲੋ ਇਮਾਨਦਾਰੀ ਨਾਲ ਗੱਲ ਕਰੀਏ, ਸਹੀ ਗੱਲ ਆ, ਬੰਬੇ ਤੋਂ ਕਾਲ ਆਉਣ ਵਾਲੇ ਕਰਤਾ ਮਾਲਕ ਦੀ ਕਿਰਪਾ। ਬਿਲਕੁਲ ਨਹੀਂ, ਆਪਾਂ ਦਾ ਪ੍ਰਭਾਵ ਮੈਂ ਕਹਿ ਦੇਗੇ, ਵਿਚਾਰੇ ਨੇ ਨਾ ਆਪਣਾ ਪੂਰਾ ਯਾਰ ਸਾਥ ਦਿੱਤਾ। ਕਦੇ ਅਵਲਕ ਅਵਲਕ ਕੀਤੀ ਉਹ ਬਈ? ਅਵਲਕ ਨਾ ਇਹ ਮੇਰਾ ਇੱਕ ਫਰੈਂਡ ਸੀਗਾ, ਮਤਲਬ ਇੱਧਰ ਆ ਰਾਜਸਥਾਨ 'ਚ ਮੱਟ 'ਚ, ਉਹਨੇ ਬਾਈ ਮੈਨੂੰ ਉੱਧਰੋਂ ਘੋੜੀ ਲੈ ਕੇ ਘੱਲੀ ਸੀ, ਬਾਹਲੇ ਵੱਡੇ ਬੱਚੇ ਦਿੰਦੀ ਇਹ ਘੋੜੀ, ਲੈਂਥ ਲੁੰਥ ਸਾਈਜ਼ ਬਹੁਤ, ਤੇ ਹੁਣ ਇਹ ਵੀ ਮਤਲਬ ਬਾਈ ਨੇ ਆਪਦੀ ਸਮਝ ਨਹੀਂ ਗੈਰੀ ਬਾਈ ਨੇ ਮਿਲਾਈ ਹੈ, ਕਿਉਂਕਿ ਮੈਂ ਤਾਂ ਕਦੇ ਇਹ ਨਹੀਂ ਕਿਹਾ ਵੀ ਬਾਈ ਕਿਹੜੇ ਤੋਂ ਮਿਲਾਉਣੀ, ਆਪਾਂ ਤਾਂ ਘੋੜੀ ਭੇਜ ਦੇਈਦੀ ਉੱਥੇ, ਠੀਕ ਹੈ, ਜਿੱਥੇ ਲੋਟ ਆਵੇ ਬਾਈ ਉਹਦੀ ਕਰਕੇ ਸੈਟਿੰਗ ਉਹ ਹਿਸਾਬ ਨਾਲ ਮਿਲਾ ਦਿੰਦਾ। ਇਹ ਬਾਈ ਕੋਲੇ ਇਹ ਘੋੜਾ ਹੈਗਾ ਸਪਤਾਸ਼ ਦਾ ਬੱਚਾ ਓਮਕਾਰਾ, ਹੁਣ ਉਹਦਾ ਨਾਂ ਰੱਖਤਾ ਬਲਵਾਨ, ਸ਼ਾਇਦ ਮੈਨੂੰ ਲੱਗਦਾ ਸ਼ਾਹਬਾਜ਼, ਹਾਂ ਉਹਦਾ ਨਾਂ ਬਦਲਤਾ ਸ਼ਾਹਬਾਜ਼ ਰੱਖਤਾ। ਉਹ ਤੋਂ ਬਾਈ ਇਹ ਹੋ ਗਈ ਆ 5.5 ਮਹੀਨਿਆਂ ਦੀ ਗੱਭਣ, ਆਹ 25 ਤਰੀਕ ਨੂੰ 6 ਮਹੀਨਿਆਂ ਦੀ ਗੱਭਣ ਹੋ ਜਾਣੀ, ਪਰ ਪੇਟ ਪੂਟ ਕਰਮ ਵਾਲੀ ਅੱਜ ਹੀ ਬਹੁਤ ਕਰੀ ਪਈ ਆ ਜੀ।
ਹੁੰਨੇ ਉਹਨੂੰ ਬਰੀਡ ਨਹੀਂ ਸਮਝਾਵਾਂਦੇ ਤੇ ਇੱਕ ਆਪਣੀ ਉਹ ਕਮੈਤ ਆ ਗਈ ਜੀ ਜਿਹੜੀ ਜਿਹਦੇ ਮਗਰ ਬਸ਼ੇਰਾ ਉਹ ਘੋੜੀ ਦਾ ਜੀ ਲਾ ਲਓ ਤੁਸੀਂ ਹਿਸਾਬ ਵੀ ਹਾਈਟ ਤਾਂ ਲਗਭਗ 65 ਕੂਟ ਤਾਂ ਹੱਸ ਕੇ ਉਹਦੀ ਆਰਾਮ ਨਾਲ ਖੁੱਲੀ ਹਾਂ ਹੈਗੀ ਤੇ ਮਗਰ ਉਹਦੇ ਬਾਈ ਅਲੀਜੇ ਦਾ ਬੱਚਾ ਹਾਂਜੀ ਅਲੀਜਾ ਹੈਗਾ ਆਪਣਾ ਦਿਲਬਾਗ ਦਾ ਗੋਲੂ ਵਾਲਾ ਜੀ ਉਹਦਾ ਬੱਚਾ ਜੀ ਅਲੀਜੇ ਉਹਦਾ ਮੇਰੇ ਹਿਸਾਬ ਨਾਲ ਪਹਿਲਾਂ ਹੀ ਹੋਊਗਾ ਮੈਂ ਅੱਗੇ ਨਹੀਂ ਦੇਖਿਆ ਹੋਊਗਾ ਅਲੀਜੇ ਦੇ ਬੱਚੇ ਆਪਣੇ ਪੰਜਾਬ 'ਚ ਹੋਏ ਤਾਂ ਕੀ ਕਹਿਣਾ ਕੋਈ ਇੱਕ ਅੱਧਾ ਹੋਊਗਾ ਜੀ ਨਹੀਂ ਤਾਂ ਮੁਸ਼ਕਲ ਆ ਮੈਨੂੰ ਲੱਗਦਾ ਜੀ ਮੈਂ ਅੱਗੇ ਮੈਨੂੰ ਮਿਲਿਆ ਨਹੀਂ ਗਾ ਜੀ ਮੈਂ ਤਾਂ ਕਿਹਾ ਮੈਂ ਨਾ ਮੇਰੇ ਬੱਚਿਆਂ ਵਾਲੇ ਬਹੁਤ ਹੈਵੀ ਘੋੜਾ ਮਤਲਬ ਜਿਹਨੂੰ ਭਾਰਾ ਘੋੜਾ ਕਹਿੰਦੇ ਘੋੜੇ ਦਾ ਨਾਮ ਬਹੁਤ ਸੁਣਿਆ ਪਰ ਬੱਚੇ ਨਹੀਂ ਦੇਖੇ ਬਹੁਤ ਭਾਰਾ ਘੋੜਾ ਜੀ ਤੇ ਇਹ ਹੁਣ ਅੱਗੇ ਬਾਈ ਜੀ ਪ੍ਰਭਾਤ ਤੋਂ ਆਪਾਂ ਕਰਵਾਈ ਹੋਈ ਆ ਪ੍ਰਭਾਤ ਤੋਂ ਕਰਾਈ ਹੋਈ ਆ ਇਹ ਪ੍ਰਭਾਤ ਤੋਂ ਮਿਲਾਈ ਹੋਈ ਆ ਇਹਨੂੰ ਹੋ ਗਏ ਹੋਣਗੇ 20-22 ਦਿਨ ਜੀ ਲਗਭਗ ਜੱਸੇ ਬਾਈ ਜਿਹੜੀਆਂ ਆਹ ਤੇਰੇ ਕੋਲ ਹੈਗੀਆਂ ਵੀ ਇਹ ਵੀ ਐਂ ਜਾਰੀ ਜੂਰੀ ਪਾਉਣ ਨੂੰ ਰੱਖੀਆਂ ਕਿ ਮਤਲਬ ਦੇ ਵੀ ਦੇਵਾਂਗੇ ਜੇ ਕੋਈ ਦੇਣੀ ਹੋਈ ਜਾਨਵਰ ਵਿੱਚੋਂ ਬਾਈ ਤੂੰ ਤਾਂ ਕੋਈ ਵਪਾਰੀ ਤਾਂ ਹੈ ਨੀਗਾ ਤੂੰ ਹਨਾ ਨਹੀਂ ਵਪਾਰ ਵਾਲਾ ਤਾਂ ਕੋਈ ਹੈ ਨਹੀਂ ਤੇ ਪੈਸੇ ਨੂੰ ਕੋਈ ਤਿਆਗਦਾ ਨੀਗਾ ਹਨਾ ਬਾਈ ਮੈਂ ਪਹਿਲਾਂ ਹੀ ਕਹਾਣੀ ਦੱਸੀ ਵੀ ਆ ਬਾਈ ਨੇ ਮੈਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਨੀਲੀ ਤੇਰੀ ਗਿਫਟ ਆ ਵੇਖਦੀ ਹੋਈ ਵੇਚ ਵੀ ਲਈ ਤੇ ਉਹਦੀ ਗੱਲ ਜੋ ਗੱਲ ਆ ਬਾਈ ਦੇ ਕਹਿਣ ਜੇ ਕੋਈ ਮੰਨ ਕੇ ਚੱਲੋ ਹੁਣ ਆਪਾਂ ਨੂੰ ਚੰਗਾ ਰੇਟ ਮਿਲਦਾ ਹਰੇਕ ਹੀ ਇਹ ਗੱਲ ਕਹਿੰਦਾ ਬੰਦਾ ਵੀ ਕੋਈ ਚੰਗਾ ਤੇ ਚੰਗਾ ਹੀ ਦਊਗਾ ਅਗਲਾ ਜਦੋਂ ਚੰਗੀ ਨੂੰ ਹੱਥ ਪਾਉਣਾ ਤੇ ਕੋਈ ਮੌਕੇ ਤੇ ਬਾਈ ਕਈ ਵਾਰੀ ਸੋਚ ਵੀ ਲਵਾਂਗੇ ਵਿਚਾਰ ਕੋਈ ਐਡੀ ਨੀ ਗੱਲ ਗੀ ਊ ਨੀ ਕੋਈ ਵੇਲਣੇ ਚ ਬਾਹ ਨਹੀਂ ਵੀ ਊ ਨੀਗਾ ਵੀ ਮਤਲਬ ਜਾਂ ਤਾਂ ਬਾਈ ਅਸੀਂ ਤਾਂ ਵੇਚਣੀਆਂ ਹੀ ਨੀ ਇੱਕ ਤਾਂ ਇਹ ਹੁੰਦਾ ਤੇ ਇੱਕ ਇਹ ਹੁੰਦਾ ਵੀ ਤੁਸੀਂ 20 ਲੱਖ ਵਾਲੀ ਦਾ ਕਰੋੜ ਮੰਗ ਲਓ ਉਹ ਵੀ ਗੱਲ ਗਲਤ ਹੁੰਦੀ ਆ ਵੀ ਕੋਈ ਜੱਚਦੀ ਜੀ ਗੱਲ ਹੁੰਦੀ ਆ ਕਈ ਵਾਰੀ ਤੇ ਬੰਦਾ ਕਰ ਵੀ ਲੈਂਦਾ ਬਾਈ ਕੋਈ ਏਡੀ ਗੱਲ ਨੀਗੀ ਇਹ ਵੀ ਕਰ ਲਾ ਬਾਕੀ ਬਾਕੀ ਇਹ ਗੱਲ ਆ ਵੀ ਮੂਹਰਲੇ ਬੰਦੇ ਦੇ ਮੱਥੇ ਤੇ ਡਿਪੈਂਡ ਕਰਦਾ ਤੇ ਸਾਡੇ ਮੌਕੇ ਦੇ ਸੁਭਾਅ ਤੇ ਡਿਪੈਂਡ ਕਰਦਾ ਬਿਲਕੁਲ ਜੀ ਕਿ ਮੌਕੇ ਤੇ ਇਹ ਨਹੀਂ ਪਤਾ ਵੀ ਆਪਾਂ ਕੀ ਕਹਿ ਦੇਣਾ ਤੇ ਜਾਂ ਮੌਕੇ ਤੇ ਉਹਨੇ ਮੌਕੇ ਤੇ ਕੀ ਕਹਿ ਦੇਣਾ ਤੇ ਉਹ ਗੱਲ ਜੱਚ ਜਾਣੀ ਆ ਗੱਲ ਜਾਣੀ ਆ ਭੈੜਾ ਬਿਲਕੁਲ ਜੀ ਬਿਲਕੁਲ ਇਹ ਨਹੀਂ ਪਤਾ ਲੱਗਦਾ ਕਦੋਂ ਹਾਂਜੀ ਹਾਂ ਪਰ ਮੈਨੂੰ ਸਾਰਿਆਂ ਨੂੰ ਚੰਗੀ ਗੱਲ ਜੱਸਿਆ ਤੇਰੀ ਤਰੱਕੀ ਦਾ ਮੈਨੂੰ ਨਹੀਂ ਲੱਗਦਾ ਵੀ ਤੈਨੂੰ ਘੋੜੀਆਂ ਨੇ ਤਰੱਕੀ ਦਿੱਤੀ ਆ ਮੈਨੂੰ ਇਹ ਲੱਗਦਾ ਵੀ ਬਜ਼ੁਰਗਾਂ ਦੀ ਸੇਵਾ ਨੇ ਮੱਲਾ ਤੈਨੂੰ ਤਰੱਕੀ ਬਈ ਉਹ ਤਾਂ ਨਾ ਮੈਂ ਹੁਣ ਦੱਸਦਾ ਗੱਲ ਉਹ ਤਾਂ ਹੁਣ ਆਪਾਂ ਇੱਕ ਬਰੀਡਿੰਗ ਕਰਦੇ ਆ ਮੰਨ ਕੇ ਚੱਲੋ ਉਹ ਜਾਨਵਰ ਆਪਾਂ ਲਾਲਚ ਲਈ ਕਰਦੇ ਆ ਇੱਥੋਂ ਆਪਾਂ ਨੂੰ ਕੋਈ ਲਾਲਚ ਨਹੀਂ ਤਾਂ ਹੀ ਲੋਕ ਸਾਂਭਦੇ ਨਹੀਂ ਛੇਤੀ ਦੇਖ ਤੇਰੀ ਦਰੋਣੇ ਵਾਲੀ ਘੋੜੀ ਦੇ ਮਗਰ ਬਸ਼ੇਰੀ ਫਿਰਦੀ ਆ ਸੋਹਣਿਆ ਸਜਣਾ ਜਹਾਂਗੀਰ ਦੀ ਹਾਂਜੀ ਬਾਈ ਹੁਣ ਚਲੋ ਜਹਾਂਗੀਰ ਘੋੜਾ ਬਥੇਰਾ ਸੋਹਣਾ ਕਮਾਲ ਘੋੜਾ ਘੋੜੀ ਬਥੇਰੀ ਸੋਹਣੀ ਆ ਘੋੜੀ ਮੇਰੇ ਹਿਸਾਬ ਨਾਲ ਘੋੜੀ ਦੀ ਮਾਂ ਐਡਮ ਦੀ ਆ ਐਡਮ ਦੀ ਘੋੜੀ ਦਾ ਪਿਓ ਦਰੋਣਾ ਹੈ ਹਨਾ ਪਰ ਯਾਰ ਸੱਚੀ ਉਹ ਦਾਤ ਤੇਰੇ ਘਰੇ ਫਿਰ ਵੀ ਤਾਂ ਜੇ ਇਹਨਾਂ ਦੀ ਸੀਸ ਆ ਬਿਲਕੁਲ ਬਾਈ ਬਿਲਕੁਲ ਹੈਂ ਮੈਨੂੰ ਐਂ ਲੱਗਦਾ ਵੀ ਇਹਨਾਂ ਦੀ ਸੀਸ ਨਾਲ ਬਿਲਕੁਲ ਬਾਈ ਨਹੀਂ ਬਾਈ ਆਮ ਛੋਟੇ ਜ਼ਿਮੀਂਦਾਰ ਨੂੰ ਇੰਨਾ ਤਾਮਜਾਮ ਕਰਨਾ ਮਤਲਬ ਔਖਾ ਹੋ ਜਾਂਦਾ ਵਾ ਅਸੀਂ ਵੀ ਹੁਣ ਮੈਂ ਵੀ ਵੀਰੇ ਮੈਨੂੰ ਵੀ 10 ਸਾਲ ਹੋ ਗਏ ਬਾਹਰ ਗਏ ਨੂੰ ਤੇ ਹੈ ਹੀ ਨਹੀਂ ਆਪਣੇ ਜੋ ਮੈਂ ਹੁਣ ਸਾਈਕਲ ਦੇ ਖੇਤ ਗੇੜਾ ਮਾਰੇ ਉਹਨਾਂ ਵੀ ਕਹਿਣਗੇ ਯਾਰ ਤੂੰ ਕਨੇਡਾ 'ਚ ਰਹਿੰਦਾ ਵੀ ਤੂੰ ਸਾਈਕਲ ਲਈ ਫਿਰਦਾ ਰਹਿੰਦਾ ਉਹ ਬਾਈ ਪਤਾ ਗੱਲ ਕੀ ਆ ਇਹ ਸਾਈਕਲ ਤੋਂ ਗੱਡੀਆਂ 'ਤੇ ਜਾਣਾ ਤਾਂ ਸੌਖਾ ਗੱਡੀ ਤੋਂ ਬਾਅਦ 'ਚ ਸਾਈਕਲ ਚਲਾਉਣਾ ਬਹੁਤ ਔਖਾ ਬਹੁਤ ਔਖਾ ਉਹ ਨਹੀਂ ਚੱਲਦਾ ਫਿਰ ਉਹ ਨਾ ਜਿਹੜੇ ਜ਼ਿਆਦੇ ਹੁੰਦੇ ਉਹ ਆਪਦੇ ਗੋਲੀ ਆਪ ਮਾਰਦੇ ਹੁੰਦੇ ਟੈਨਸ਼ਨ 'ਚ ਇਹ ਰੌਲਾ ਗੱਲ ਦਾ ਇਹ ਆ ਵੀ ਹਿਸਾਬ ਨਾਲ ਹੀ ਠੀਕ ਆ ਜਿੱਥੋਂ ਨਿਕਲੇ ਉਵੇਂ ਹੀ ਠੀਕ ਆ ਸਿਸਟਮ ਭੁੱਖਾ ਨਹੀਂ ਮਰਦਾ ਹੁੰਦਾ ਫੁਕਰਾ ਮਰਦਾ ਹੁੰਦਾ ਗੱਲ ਇਹ ਆ ਨਹੀਂ ਚਾਚਾ ਸਹੀ ਗੱਲ ਆ ਨਾ ਇਹ ਮਰਦਾ ਹੁੰਦਾ ਭੁੱਖਾ ਨਹੀਂ ਮਰਦਾ ਹੁਣ ਬਾਈ ਅਸੀਂ ਤਾਂ ਆਪ ਹੁਣ ਕੰਮ ਕਰਦੇ ਹਾਂ ਆਹ ਮੁੰਡੇ ਆ ਚੱਲ ਨਾਲ ਆਪਣੇ ਇਹ ਵੀ ਕੋਈ ਕੰਮ ਵਾਲੇ ਨੀਗੇ ਆਹ ਭਤੀਜਾ ਜੰਮੇ ਆਹ ਵੀ ਫਰੈਂਡ ਆ ਤੇ ਉਹ ਮੁੰਡਾ ਉਹ ਮੇਰੇ ਨਾਲ ਹੀ ਜਾਣਗੇ ਪੱਕਾ ਹੀ ਆ ਤੇ ਇਹ ਪੜਦਾ ਪੁੜਦਾ ਰਹਿੰਦਾ ਇੱਥੇ ਹੀ ਫਿਰ ਤਾਏ ਕੋਲੇ ਰਾਤ ਨੂੰ ਕੋਈ ਹੁੰਦਾ ਨੀ ਫਾਰਮ ਤੇ ਜੰਮੇ ਊਂ ਐ ਤਾਂ ਨਾਲ ਹੀ ਆ ਜਮਾਂ ਤੇ ਇਹ ਚੱਲ ਵੀ ਤਾਏ ਨਾਲ ਹੀ ਰਹਿੰਦਾ ਚਾਹ ਪਾਣੀ ਦਾ ਸੌਖਾ ਹੋ ਜਾਂਦਾ ਤੇ ਉਵੇਂ ਆਪਾਂ ਤਨਖਾਹ ਤੇ ਕੋਈ ਬੰਦਾ ਨੀ ਰੱਖਿਆ ਸਵੇਰੇ ਇਹਨਾਂ ਦੇ ਬੁਰਸ਼ ਚੱਕੇ ਸੀ 8 ਵਜੇ ਜਦੋਂ ਮੈਂ ਆਇਆ ਹਾਂ ਤੇ ਇਹ ਫਿਰ ਦੇ ਤੇਰੇ ਦੀ ਲੈ ਤੇਰੇ ਦੀ ਉੱਧਰੋਂ ਮੈਂ ਮੇਰਾ 8 ਵਜੇ ਦਾ ਟਾਈਮ ਤਾਂ ਮੈਂ 7:54 'ਤੇ ਆ ਕੇ ਹਾਰਨ ਮਾਰਤਾ ਫਿਰ ਇੱਕ ਚੀਚੀਆਂ ਵੱਟ ਪੱਟ ਪੈਂਦਾ ਇਹ ਘੋੜੀ ਨੂੰ ਵੀ 8 ਵਜੇ ਕਹਿ ਕੇ ਵੀ ਅਗਲਾ ਸੋਚਦਾ 9 ਵਜੇ ਆਊਗਾ ਕੋਈ ਨਾ ਹੌਲੀ ਹੌਲੀ ਲੱਗੇ ਰਹੇ ਹਾਂਜੀ ਹਾਂਜੀ ਨੌ 7:54 'ਤੇ ਹਾਰਨ ਮਾਰਦਾ ਫਿਰ ਇਹਨਾਂ ਨੂੰ ਐਵੇਂ ਤਾਂ ਉੱਤੇ ਆ ਕੜਿਆ ਬਿਲਕੁਲ ਜੀ ਬਿਲਕੁਲ ਇੱਕ ਆਉਣਦਾਰ ਆਉਣਦਾਰ ਕਰੜੇ ਕਰਦੇ ਮੈਂ ਭੱਜ ਜਾਣਾ ਜਦੋਂ ਇੰਨਾ ਟਾਈਮ ਹੋ ਗਿਆ ਮੈਂ ਉੱਠ ਜਾਣਾ ਇੱਥੋਂ ਭਾਵੇਂ ਵੀਡੀਓ ਬਣੇ ਨਾ ਬਣੇ ਫਿਰ ਇਹ ਹੋਰ ਕਰੜੇ ਹੋ ਗਏ ਇਹਨੂੰ ਵੀ ਹੁਣ ਰੱਖਾ ਦਾਂਗੇ ਜੀ ਇਹ ਭਾਂਜਾ ਵਾ ਖਗਰਾਣੇ ਉਹ ਬਾਈ ਪੁਰਾਣੇ ਖਗਰਾਣੇ ਪਿੰਡ ਤੋਂ ਮਗਰ ਇਹਨਾਂ ਦਾ ਠੀਕ ਆ ਇਹਨਾਂ ਨੇ ਵਿਚਾਰਿਆਂ ਨੇ ਸਾਡੀ ਬਹੁਤ ਮਤਲਬ ਬਹੁਤ ਜ਼ਿਆਦਾ
हैल्प की डैडी जो डैथ हो गई थी ना बई तो पूरा यार प्योवा मंगू मतलब इन्होंने साडा साथ दिता भी रिश्तेदार चंगा हो तो भी आप बई कढ दिंदा बंदा तर जांदा तो जे माड़ा आ जाए तो लैके भी बह जांदा यार पैड़ी थोड़ी होवे सर जांदा रिश्तेदार माड़ा होवे फिर नहीं सरदा बिल्कुल बई हैं जेड़ा थोड़ा अपना है वो माड़ा होवे उहदी तंगी वध हो जांदी आ ਬਿਲਕੁਲ ਆਪਦਾ ਚੰਗਾ ਹੋਵੇ ਹਲਾਸ਼ੇਰੀ ਦੇਣ ਵਾਲਾ ਹੋਵੇ ਚੰਗਾ ਜਵਾਕਾਂ ਨੂੰ ਹੌਸਲਾ ਦੇਣ ਵਾਲਾ ਹੋਵੇ ਉਹ ਵੱਡੀ ਗੱਲ ਹੁੰਦੀ ਹੈ ਉਹਦਾ ਆਸਰਾ ਵੱਡਾ ਹੁੰਦਾ ਤੁਹਾਡੀ ਜ਼ਮੀਨ ਜਾਇਦਾਦ ਦਾ ਆਸਰਾ ਛੋਟਾ ਹੁੰਦਾ ਬਿਲਕੁਲ ਬਈ ਬਿਲਕੁਲ ਹੈ ਇਹ ਬਾਕੀ ਬਈ ਤੁਹਾਡਾ ਭਾਣਜੇ ਨੂੰ ਵੇਖ ਕੇ ਰੂਹ ਖੁਸ਼ ਹੁੰਦੀ ਹੈ ਠੀਕ ਹੈ ਸ਼ੁਕਰ ਹੈ ਮਾਲਕ ਦਾ ਹੈ ਇਹਨੂੰ ਘੋੜੀ ਘਾੜੀ 'ਤੇ ਜਦੋਂ ਬੈਠਾ ਜਾਂਦਾ ਹੋਇਆ ਇਹ ਪੱਗ ਹੋਈ ਇਹਦੇ ਬੰਨੀ ਹਾਂਜੀ ਹਾਂਜੀ ਇਹ ਜਾਂਦਾ ਹੋਇਆ ਮੁੰਡਾ ਤੇ ਧੌਣ ਚ ਅੱਧੇ ਪਿੰਡ ਦੀ ਚੁੱਕ ਪਵਾ ਦਿਆ ਕਰੂਗਾ ਧੌਣ ਚ ਅਗਲਾ ਐਂ ਘੁੰਮ ਘੁੰਮ ਹੀ ਦੇਖੀ ਜਾਇਆ ਕਰੂਗਾ ਕਿੱਧਰ ਨੂੰ ਲੰਘ ਗਿਆ ਕਿੱਧਰ ਨੂੰ ਲੰਘ ਗਿਆ ਹਨਾ ਬਸ ਇਹਦੀ 12ਵੀਂ ਹੋ ਜਾਣੀ ਹੈ ਜੀ ਐਤਕੀ ਤੇ ਆਉਂਦੇ ਸਾਲ ਨੂੰ ਇਹਦੀ ਵੀ ਵੀਡੀਓ ਪਵਾ ਦੇਣੀ ਆਪਾਂ ਘੋੜੀ ਦੇ ਬਾ ਕੇ ਸੁੱਖ ਚਾਹੀਦੀ ਨਹੀਂ ਜਾਂਦਾ ਹੋਵੇ ਯਾਰ ਏਡਾ ਜਵਾਨ ਯਾਰ ਮੈਂ ਜਦੋਂ ਪ੍ਰੀਤ ਹੋਣੀ ਘੋੜੀ ਤੇ ਜਾਂਦੇ ਆ ਨਾ ਮੈਂ ਉਹ ਦੂਰ ਹੋ ਕੇ ਬੈਠ ਜਾਂਦਾ ਤੇ ਮੈਂ ਜੇ ਸਾਈਕਲ 'ਤੇ ਜਾਂ ਮੋਟਰਸਾਈਕਲ 'ਤੇ ਮੈਂ ਡਬਾ ਦਬਾ ਡੱਕ ਕਰਕੇ ਮੈਂ ਦੂਰ ਜਾ ਕੇ ਖੜ੍ਹ ਜਾਣਾ ਫਿਰ ਮੈਨੂੰ ਐਂ ਹੁੰਦਾ ਵੀ ਇਹ ਮੇਰੇ ਕੋਲ ਦੀ ਐਂ ਲੰਘਣ ਘੋੜੀ 'ਤੇ ਬੈਠੇ ਜਾਂਦੇ ਅਤੇ ਮੈਂ ਇਹਨਾਂ ਨੂੰ ਵੇਖਾਂ ਰੋਣਾ ਬਾਈ ਪਤਾ ਗੱਲ ਕੀ ਆ ਇਹ ਜਵਾਕਾਂ ਨੂੰ ਨਾ ਸ਼ੌਂਕ ਪਾਉਣੇ ਚਾਹੀਦੇ ਆ ਚਲੋ ਹੁਣ ਮੇਰੇ ਤੋਂ ਤਾਂ ਜੇ ਮੈਂ ਘੋੜੀਆਂ ਬਾਰੇ ਦੱਸਾਂ ਵੀ ਐਂ ਕਰ ਲਓ ਤਾਂ ਦੱਸਣ ਦੀ ਲੋੜ ਨਹੀਂ ਕਿਉਂਕਿ ਦੁਨੀਆ ਬਹੁਤ ਗਾਂ ਮੈਂ ਤਾਂ ਉਹ ਗੱਲਾਂ ਹੀ ਨਹੀਂ ਕਹਿੰਦਾ ਵੀ ਤੁਸੀਂ ਘੋੜੀਆਂ ਦੀ ਸਾਂਭ ਸੰਭਾਲ ਐਂ ਕਰੋ ਫਲਾਨਾ ਕਰੋ ਇਹ ਵੀਡੀਓ ਤਾਂ ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਮੈਨੂੰ ਲੋੜ ਆ ਕਿਉਂਕਿ ਸਾਰੇ ਬਹੁਤ ਗਾਂ ਗੁਣੀ ਗਿਆਨੀ ਆ ਜਿਹਨੇ ਸੱਪ ਹੀ ਆ ਸਾਰੇ ਠੀਕ ਆ ਤੇ ਜਿਹਨੇ ਲੈਣੀ ਆ ਉਹ ਵੀ ਪਹਿਲਾਂ 20 ਨੂੰ ਫੋਟੋ ਪਾਉਂਦਾ ਠੀਕ ਆ ਨਾ ਤੇ ਉਹਨਾਂ ਚੱਲੀ ਜਾਂਦਾ ਪਰ ਆਪਾਂ ਤਾਂ ਇਹ ਗੱਲ ਕਰਦੇ ਵੀ ਜਿਹੜਾ ਅੱਜ ਕੱਲ੍ਹ ਦੇ ਟਾਈਮ 'ਚ ਨਸ਼ਾ ਚੱਲਦਾ ਨਾ ਬਾਈ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਆ ਇਹ ਵਿਹਲੇ ਵਿਹਲੇ ਪਤਾ ਕਿਉਂ ਬਾਈ ਸੇਂਦਰ ਬਾਈ ਅੱਜ ਕੱਲ੍ਹ ਨਾ ਕਿਸੇ ਦੇ ਘਰੇ ਪਸ਼ੂ ਨਹੀਂ ਅੱਜ ਕੱਲ੍ਹ ਤੌੜੀ ਵਾਲਾ ਦੁੱਧ ਮੈਨੂੰ ਦੱਸ ਦੇ ਵੀ ਕਿਹਦੇ ਘਰੇ ਹੋਊਗਾ ਬਿਲਕੁਲ ਬਿਲਕੁਲ ਹੋਊ ਕਿਸੇ ਘਰੇ ਤੌੜੀ ਵਾਲਾ ਦੁੱਧ ਵਿਰਲਾ ਹੀ ਘਰ ਕੋਈ ਇੱਕ ਪਿੰਡ 'ਚੋਂ ਲੱਭੂਗਾ ਨਹੀਂ ਲੱਭਣਾ ਨਹੀਂ ਇੱਕ ਜੱਸਿਆ ਹੋਰ ਗੱਲ ਆ ਲੰਮੀ ਹੋ ਰਹੀ ਆ ਗੱਲ ਇੱਕ ਹੋਰ ਗੱਲ ਆ ਮਨੀਮ ਬਣੇ ਬੈਠਿਆ ਸਾਰੇ ਹੀ ਆਪਦੇ ਆਪ ਨੂੰ ਮਨੀਮ ਸਮਝਦੇ ਆ ਕਹੀ ਜਾਣਗੇ ਚਾਚਾ ਘਰ ਦਾ ਦੁੱਧ ਨਾ ਮਹਿੰਗਾ ਪੈਂਦਾ ਉਹ ਮਹਿੰਗਾ ਹੋਊਗਾ ਜ਼ਹਿਰ ਤਾਂ ਨਹੀਂ ਉਹ ਦਵਾਈਆਂ ਨਾਲ ਤਾਂ ਸਸਤਾ ਹੀ ਹਸਪਤਾਲ ਦੀਆਂ ਨਾ ਬਾਈ ਚਾਚੇ ਨੂੰ ਗੱਲ ਸਮਝ ਆ ਗਈ ਮੇਰੀ ਦੁੱਧ ਨਹੀਂ ਵੇਚਦੇ ਅਸੀਂ ਅੱਜ ਤੱਕ ਦੁੱਧ ਨਹੀਂ ਬਾਈ ਸਾਨੂੰ ਵੇਚਣ ਦਿੰਦੇ ਵੇਚਣ ਨਹੀਂ ਦਿੰਦੇ ਦੁੱਧ ਸਾਨੂੰ ਬਈ ਮਹਿੰਗਾ ਹੀ ਆ ਜ਼ਹਿਰ ਤਾਂ ਨਹੀਂ ਤੈਨੂੰ ਜਵਾਕ ਨੂੰ ਜਦੋਂ ਤੂੰ ਗਲਾਸ ਫੜਾਉਣਾ ਤੈਨੂੰ ਇਹ ਤਾਂ ਪਤਾ ਨਾ ਵੀ ਦੁੱਧ ਆ ਇਹ ਹੈਂ ਤੇ ਤੈਨੂੰ ਇਹ ਨਹੀਂ ਪਤਾ ਜਿਹੜਾ ਸਟੀਲ ਦੀ ਤੇਰੀ ਮੱਝ ਆ ਉਹਦਾ ਇਹ ਨਹੀਂ ਪਤਾ ਵੀ ਉਹ ਸਟੀਲ ਵਾਲੀ ਨੇ ਦੁੱਧ ਦਿੱਤਾ ਦੁੱਧ ਦਿੱਤਾ ਕਿ ਜ਼ਹਿਰ ਦਿੱਤਾ ਮੈਂ ਉਹਨੂੰ ਦੱਸਦਾ ਬਈ ਅਸੀਂ ਮੱਝਾਂ ਵੀ ਹਨਾ ਰੱਖਦੇ ਰਹੇ ਸਾਨੂੰ ਹੁਣ ਉੱਧਰ ਤੁਹਾਨੂੰ ਦੱਸ ਦਿੰਦਾ ਹਨਾ ਵੀ ਆਪਣੇ ਹੁਣ ਚਾਹ ਇੱਥੇ ਕੱਪ ਪਿਆ ਚਾਹ 'ਚ ਮੱਖੀ ਪੈ ਗਈ ਨਹੀਂ ਪੀਂਦੇ ਨਾ ਆਪਾਂ ਡੋਲ ਦਿੰਦੇ ਆ ਨਾ ਚਾਹ ਬਈ ਹੁਣ ਜਦੋਂ ਅਗਲਾ ਮੱਝ ਚੁੰਦਾ ਜਾਂ ਗਾਂ ਚੁੰਦਾ ਉਹਨੇ ਵਿੱਚ ਮੂਦ ਦੇ ਤੋਂ ਕਈ ਪੈਸੇ ਖੁਰ ਵੀ ਰੱਖ ਦਿੰਦੀ ਆ ਅਗਲੇ ਨੇ ਕਹਿੰਦਾ ਰਹਿੰਦੋ ਇਹਨਾਂ ਘਰੇ ਰੱਖੇ ਹੋਏ ਡੇਰੀ ਤੇ ਪਾ ਦਿਓ ਡੇਰੀ ਤੇ ਪਾ ਦਿਓ ਤੇ ਗਾਂ ਵੀ ਤਾਂ ਬੰਦੇ ਪੀਣ ਵਾਲੀ ਆ ਜੇ ਕਿਸੇ ਦਾ ਮੱਝ ਦਾ ਥਣ ਖਰਾਬ ਆ ਉਹ ਨਹੀਂ ਅਗਲੇ ਨੇ ਕਹਿਣਾ ਵੀ ਚਾਰ ਦਿਨ ਉਹਨੂੰ ਡਾਕਟਰ ਨੇ ਕਹਿ ਦੇਣਾ ਵੀ ਦੁੱਧ ਡੋਲਣਾ ਬੁੜੀਆਂ ਕਹਿਣਗੀਆਂ ਨਹੀਂ ਇਹਨੂੰ ਡੇਰੀ ਤੇ ਸਿੱਟੋ ਉਹ ਇੱਕ ਥਣ ਪਾਸੇ ਚੋਲੋ ਵੀ ਹੁਣ ਜਿਹੜੇ ਸ਼ਹਿਰਾਂ ਵਾਲੇ ਆ ਵੀ ਉਹਨਾਂ ਦੀ ਤਾਂ ਮਜਬੂਰੀ ਆ ਉਹਨਾਂ ਕੋਲ ਆਪਸ਼ਨ ਹੈ ਨਹੀਂ ਠੀਕ ਆ ਪਰ ਪਿੰਡਾਂ ਵਾਲੇ ਦੇਖੋ ਤੁਸੀਂ ਕੋਈ ਪਸ਼ੂ ਰੱਖ ਕੇ ਰਾਜੀ ਨਹੀਂ ਚਾਹੇ ਉਹ ਘੋੜੀਆਂ ਚਾਹੇ ਉਹ ਮੱਝਾਂ ਬਾਈ ਜੇ ਰੱਖੇ ਹੁਣ ਨਿਆਣਾ ਪੱਠੇ ਵੀ ਲਿਆਵੇ ਤੜਕੇ ਠੀਕ ਆ ਕੰਮ ਵੀ ਕਰੇ ਹੱਥ ਨੇ ਉਹਨੂੰ ਪੱਠੇ ਪਾਉਣ ਦਾ ਫਿਕਰ ਹੋਵੇ ਚੋਣ ਦਾ ਫਿਕਰ ਹੋਵੇ ਜਵਾਕ ਆਰੇ ਲੱਗਣ ਕੰਮ ਤਾਂ ਆਪਾਂ ਆਪ ਨਹੀਂ ਲਾਉਂਦੇ ਉਹਨਾਂ ਨੂੰ ਤੇ ਇੱਕ ਗੱਲ ਮੈਂ ਤੈਨੂੰ ਜੱਸਿਆ ਮੁੱਕਦੀ ਹੋਰ ਦੱਸ ਦਿੰਦਾ ਆਹ ਜਿਹੜੀ ਇੰਸਟਾਗ੍ਰਾਮ ਆ ਨਾ ਆਹ ਜਿਹੜੀ ਆਪਾਂ ਕਹਿੰਦੇ ਮੋਬਾਈਲ ਮਾੜਾ ਇਹਨੇ ਚੰਗਾ ਬਹੁਤ ਕਰਤਾ ਆਹ ਜਿਹੜੇ ਏਡੇ ਏਡੇ ਜਵਾਕ ਨਾ ਘਰੇ ਘੋੜੀਆਂ ਦੇ ਖਰਖਰਾਂ ਨਹੀਂ ਸੀ ਮਾਰਦੇ ਬੁੜੇ ਜੁੰਮੇ ਪਈਆਂ ਹੋਈਆਂ ਸੀ ਹੁਣ ਇੰਸਟਾਗ੍ਰਾਮ 'ਤੇ ਨਾ ਰੀਲਾਂ ਜਿਹੀਆਂ ਪਾਉਣ ਦੇ ਮਾਰੇ ਵੀ ਮੇਰੀ ਸੋਹਣੀ ਲੱਗੇ ਮੇਰੀ ਘੋੜੀ ਚਮਕੇ ਚਮਕੇ ਅਤੇ ਇਹ ਨਾ ਆਪ ਸਾਂਭਣ ਲੱਗ ਗਏ ਏਡੇ ਜਵਾਕ ਬਿਲਕੁਲ ਬਿਲਕੁਲ ਇਹ ਰੀਲਾਂ ਜਿਹੀਆਂ ਵਾਲੇ ਸਿਸਟਮ ਨੇ ਨਾ ਵੀਡੀਓ ਜੀ ਵਾਲੇ ਮੁੰਡੇ ਤਾਂ ਸੋਹਣੀ ਵਧੀਆ ਲਾ ਦੇ ਗਈ ਕੰਮ ਕਰ ਜਵਾਕ ਚੰਗੇ ਕੰਮ ਕਰਨਾ ਤੇ ਹਾਂ ਜਿਹਨੇ ਊਂ ਨੱਚਣਾ ਹੈ ਕੁੜੀ ਬਣ ਕੇ ਉਹ ਗੱਲ ਵੱਖਰੀ ਉਹ ਗੱਲ ਵੱਖਰੀ ਹੈ ਬਈ ਸਹੀ ਗੱਲ ਆ
ਪਰ ਚੰਗਾ ਕੁਛ ਨਿਕਲਿਆ ਮੈਂ ਦੇਖਿਆ ਇਹ ਤਾਂ ਉਹਨਾਂ ਨੇ ਬਈ ਐਪ ਹੀ ਇੱਕ ਇਹੋ ਜੀ ਬਣਾਤੀ ਨਾ ਵੀ ਬੰਦੇ ਦਾ ਅੰਦਰਲਾ ਬਾਹਰ ਆ ਗਿਆ ਸਾਰਾ ਪੁੱਛਣ ਦੀ ਲੋੜ ਹੀ ਨਹੀਂ ਪਈ ਆਪ ਹੀ ਜਿਹੜੇ ਨਚਾਰ ਸੀਗੇ ਉਹ ਨਚਾਰ ਬਣ ਗਏ ਜਿਹੜੇ ਘੋੜੀਆਂ ਦੇ ਆਸ਼ਿਕ ਸੀਗੇ ਉਹਨਾਂ ਨੇ ਆਪ ਦਾ ਜ਼ਾਹਰ ਕਰਤਾ ਠੀਕ ਹੈ ਨਾ ਜਿਹੜੇ ਮੇਰੇ ਵਰਗੇ ਬਦਵਾਨ ਸੀ ਉਹ ਬਦਵਾਨ ਬਣ ਗਏ ਸਭ ਦਾ ਲੋਟ ਆ ਗਿਆ ਮਤਲਬ ਵੀ ਕੰਮ ਕੋਈ ਵੀ ਆ ਜੇ ਉਹਨੂੰ ਆਪਾਂ ਸਹੀ ਤਰੀਕੇ ਨਾਲ ਨਾ ਬਈ ਉਹ ਸਹੀ ਰਹਿੰਦਾ ਵਾ ਹੁਣ ਸਿਰ ਦੁਖਦਾ ਗੋਲੀ ਇੱਕ ਲੈ ਲਓ ਉਹਨੇ ਹਟਾ ਦੇਣਾ ਜੇ ਚਾਰ ਖਾਲੀਆਂ ਤਾਂ ਉਹਨੇ ਚੱਕਰ ਲਿਆ ਕੇ ਪੁੱਠਾ ਕਰ ਦੂਗੀ ਗੱਲ ਇਹੀ ਵੀ ਲੋੜ ਤੋਂ ਵੱਧ ਵੀ ਚੀਜ਼ ਮਾੜੀ ਹੈ ਵੀ ਜਿਹੜੀ ਉਹਦੀ ਜਿੰਨੀ ਡੋਜ਼ ਆ ਜਿਹੜੀ ਚੀਜ਼ ਦੀ ਵੀ ਉਨੀ ਵਰਤ ਲਓ ਚੰਗਾ ਚੰਗਾ ਜੱਸੇ ਚੰਗਾ ਬਹੁਤ ਚੰਗਾ ਲੱਗਿਆ ਜੱਸੇ ਹੋਰ ਤਾਂ ਕੋਈ ਗੱਲ ਰਹਿ ਗਈ ਗੱਲ ਬਈ ਹੋਰ ਬਸ ਕੋਈ ਨਾ ਤੁਸੀਂ ਪੁੱਛ ਲਓ ਤੇ ਮੈਂ ਦੱਸ ਦਿੰਦਾ ਜੀ ਮੇਰੇ ਹਿਸਾਬ ਨਾਲ ਤਾਂ ਘੋੜੀਆਂ ਘੜੀਆਂ ਪਰ ਤਾਂ ਮੈਂ ਬੋਲ ਕੇ ਦੱਸ ਦੂੰਗਾ ਕੋਈ ਡਿੱਕਾ ਨਹੀਂ ਹੈਨਾ ਹਾਂਜੀ ਹਾਂਜੀ ਬਹੁਤ ਚੰਗਾ ਲੱਗਿਆ ਬਈ ਬਹੁਤ ਚੰਗਾ ਲੱਗਿਆ ਆਨੰਦ ਆਇਆ ਤੁਹਾਡੇ ਨਾਲ ਬੈਠ ਕੇ ਸਵਾਦ ਆਇਆ ਦਾਤਾ ਕਰੇ ਤੇਰੇ ਵਰਗੇ ਧੀ ਪੁੱਤ ਬਈ ਘਰ ਘਰ ਪਿੰਡ ਪਿੰਡ ਜੰਮਣ ਤੇਰੇ ਵਰਗੇ ਨੂੰ ਵੇਖ ਕੇ 100 ਬੰਦਾ ਹੋਰ ਸਿੱਖੇ ਆਨੰਦ ਆਇਆ ਬਾਈ ਤੈਨੂੰ ਮਿਲ ਕੇ ਬਾਈ ਲੈ ਬਾਈ ਆਪਣੇ ਦੇਖ ਲਓ ਤੁਸੀਂ ਸਿਸਟਮ ਵੀ ਨਸ਼ਾ ਵੀ ਕੋਈ ਗੋਲੀ ਕੋਈ ਦਾਰੂ ਅਸੀਂ ਸਵਾਦ ਵੀ ਨਹੀਂ ਦੇਖਿਆ ਬਈ ਹਜੇ ਤੱਕ ਓਏ ਹੋਏ ਹਾਂ ਘਰੇ ਆਪਣੇ ਕੋਈ ਰਿਸ਼ਤੇਦਾਰ ਭਲੇ ਗੁੱਸੇ ਹੋ ਜੇ ਅਸੀਂ ਮੀਟ ਮੂਟ ਨਹੀਂ ਬਣਾਉਂਦੇ ਗੇ ਜਮਾਂ ਵੀ ਨਹੀਂ ਮਤਲਬ ਉਹੋ ਜਿਹਾ ਕੋਈ ਚੰਗੀ ਗੱਲ ਹਾਂ ਵੀ ਸੇਵਾ ਕਰਦੇ ਹਾਂ ਮਹਾਰਾਜ ਦਾ ਨਾਂ ਲੈਂਦੇ ਹਾਂ ਵੀ ਮੈਨੂੰ ਵੀ ਕੋਈ ਬੰਦਾ ਵੀਡੀਓ ਦੇਖਦੇ ਸਾਰੇ ਕੋਈ ਕਹਿ ਦੇਵੇ ਇੱਕ ਤੋਂ ਕਹਿੰਦਾ ਨਾ ਬੰਦਾ ਖਾਂਦੇ ਨਹੀਂ ਦੁਨੀਆਂ 'ਚ ਕਹਿਣਾ ਹਾਂ ਅਤੇ ਆਪਾਂ ਨੂੰ ਕੋਈ ਯਾਰ ਨਹੀਂ ਕਰ ਸਕਦਾ ਮਤਲਬ ਸਾਰਾ ਪਰਿਵਾਰ ਅਸੀਂ ਮਾਲਕ ਦੀ ਕਿਰਪਾ ਨਾਲ ਜੱਸਿਆ ਇਹ ਗੱਲ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਕੋਈ ਨਸ਼ਾ ਖਾ ਕੇ ਕੁਛ ਨਹੀਂ ਬਣਦਾ ਮੇਰੇ ਵੀਡੀਓ ਦੇ ਥੱਲੇ 20 ਬੰਦੇ ਕਮੈਂਟ ਕਰ ਦਿੰਦੇ ਆ ਫਿਰ ਆਪਾਂ ਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਤਾਂ ਬਿਲਕੁਲ ਬਈ ਇਹ ਖਾਂਦਾ ਆਮ ਚਰਚਾ ਵੀ ਚੱਲ ਪੈਂਦੀ ਹੈ ਪਰ ਮੈਂ ਇਹ ਗੱਲ ਮੰਨਦਾ ਮੈਂ ਦੋ ਹੀ ਚੀਜ਼ਾਂ ਨੂੰ ਮੰਨਦਾ ਵੀ ਜਿਹੜਾ ਤਾਂ ਬੰਦਾ ਵਿਗਿਆਨ ਨੂੰ ਮੰਨਦਾ ਡਾਕਟਰੀ ਨੂੰ ਮੰਨਦਾ ਬਿਲਕੁਲ ਉਹ ਜਿੱਦਾਂ ਮਰਜ਼ੀ ਜਿਹੜੇ ਮਰਜ਼ੀ ਵੇਲੇ ਸਵੇਰੋਂ ਦੁਪਹਿਰੋਂ ਸ਼ਾਮ ਨੂੰ ਰਾਤ ਨੂੰ ਮੈਨੂੰ ਫੜੇ ਮੇਰਾ ਸੈਂਪਲ ਭਰੇ ਅਤੇ ਚੈੱਕ ਕਰਾਵੇ ਵੀ ਲੋਕੋ ਵਾਲਾ ਦਿਨੇ ਚਾਹ ਪੀਤੀ ਸੀ ਕਾ ਜਿਹਨੇ ਨਹੀਂ ਪੀਤੀ ਬਿਲਕੁਲ ਬਾਕੀ ਦੂਰ ਦੀ ਗੱਲ ਆ ਜਿਹੜੀਆਂ ਗੱਲਾਂ ਅਗਲਾ ਕਰਦਾ ਬਿਲਕੁਲ ਅਤੇ ਦੂਜੀ ਗੱਲ ਆ ਵੀ ਵੇਲੇ ਕਵੇਲੇ ਅਤੇ ਜਦੋਂ ਮਰਜ਼ੀ ਜੇ ਕੋਈ ਰੱਬ ਨੂੰ ਮੰਨਦਾ ਅਤੇ ਉਹ ਫੜ ਕੇ ਲੈ ਜੇ ਗੁਰਦੁਆਰੇ ਅਤੇ ਉਹ ਫੜ ਕੇ ਲਿਜਾ ਕੇ ਕਹੇ ਵੀ ਜਵਾਕਾਂ ਦੀ ਸਹੁੰ ਖਾ ਤੂੰ ਜ਼ਿੰਦਗੀ 'ਚ ਨਸ਼ਾ ਖਾਧਾ ਕਿ ਨਹੀਂ ਖਾਧਾ ਅਤੇ ਮੈਂ ਉੱਥੇ ਸਹੁੰ ਖਾ ਕੇ ਦਿਖਾਵਾਂ ਮਤਲਬ ਗੱਲ ਇਹ ਆ ਵੀ ਜੱਸਿਆ ਇਹ ਕੋਈ ਨਸ਼ਾ ਕਿਸੇ ਬੰਦੇ ਨੂੰ ਸਿਰੇ ਨਹੀਂ ਲਾਉਂਦਾ ਜਿਹੜਾ ਲਾਉਂਦਾ ਤਾਂ ਉਹ ਵਾਹਿਗੁਰੂ ਦਾ ਦਿੱਤਾ ਨੂਰ ਹੀ ਲਾਉਂਦਾ ਬਿਲਕੁਲ ਪਰਮਾਤਮਾ ਦਾ ਬਈ ਸਭ ਤੋਂ ਵੱਡੀ ਚੀਜ਼ ਉਹ ਦੂਗਾਂ ਦਾ ਕੁਛ ਹੈ ਨਹੀਂ ਉਹ ਜਿਹਦੇ ਖੂਨ 'ਚ ਉਹਨੇ ਕਰੰਟ ਤਾਹਾਂ ਵਾਲੇ ਨੇ ਪਾ ਕੇ ਭੇਜਤਾ ਬਈ ਤੁਸੀਂ ਉਹਦੇ ਨਾਲ ਬਾਹਲੇ ਸਿਆਣੇ ਆ ਬਿਲਕੁਲ ਜੀ ਉਦੋਂ ਦਾ ਹੈ ਹੀ ਨਹੀਂ ਕੁਛ ਬਈ ਉਹ ਤੁਹਾਨੂੰ ਉਹ ਤਾਹਾਂ ਵਾਲੇ ਨੇ ਜਿਹੜਾ ਕਰੰਟ ਪਾਇਆ ਅਤੇ ਤੁਸੀਂ ਉਦੋਂ ਵੱਧ ਪਾ ਲਓਗੇ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਤੁਸੀਂ ਉਦੋਂ ਵੱਡੇ ਹੋ ਗਏ ਹੈ ਬਿਲਕੁਲ ਜਦੋਂ ਉਹਨੇ ਪਾ ਕੇ ਭੇਜਤਾ ਉਹਨੇ 24 ਘੰਟੇ ਬਚੇ ਤਾਂ ਜੇ ਹੁਣ ਬਾਪੂ ਹੁਣੀ ਮੰਨ ਕੇ ਚੱਲੋ ਵੀ ਕੁਛ ਉਹ ਜੀਆਂ ਚੀਜ਼ਾਂ ਖਾਂਦੇ ਤੇ ਕੱਕ ਜਾਣਾ ਸੀਗਾ ਲਿਵਰ ਖਤਮ ਹੋ ਜਾਣੀ ਸੀਗੇ ਸਦੀ ਹੰਡਾਈ ਬੈਠਾ ਉਹੀ ਤਾਂ ਗੱਲ ਆ ਪੂਰੀ ਸਦੀ ਬੈਠੀ ਆ ਆਪਣੇ ਕੋਲੇ ਬਾਈ ਸਾਰਾ ਕੁਛ ਹੀ ਦੇਖ ਲਿਆ ਪਹਿਲਾਂ ਪਾਕਿਸਤਾਨ ਵੇਲੇ ਦੇਖ ਲਏ ਹੁਣ ਵਾਲੀ ਟੈਕਨੋਲੋਜੀ ਦੇਖ ਲਈ ਇੰਨਾ ਤਾਂ ਕੁਛ ਦੇਖਿਆ ਨਹੀਂ ਹੋਣਾ ਕਿਸੇ ਬੰਦੇ ਨੇ ਨਾ ਹੀ ਆਪਦੀ ਜ਼ਿੰਦਗੀ 'ਚ ਦੇਖਣਾ ਪੂਰੀ ਜਿਹਨੇ ਸਦੀ ਨਹੀਂ ਦੇਖੀ ਉਹ ਬਾਪੂ ਨੂੰ ਦੇਖ ਲਿਆ ਬਿਲਕੁਲ ਮੇਨ ਨਾ ਮੇਰਾ ਆਪਣਾ ਤਾਂ ਵੀਡੀਓ ਬਣਾਉਣ ਦਾ ਮੇਨ ਕੋਈ ਘੋੜੀਆਂ ਵਿਖਾਉਣ ਦਾ ਮੈਨੂੰ ਏਡਾ ਹੈ ਨਹੀਂ ਸੀਗਾ ਆਪਾਂ ਬਾਪੂ ਦਿਖਾਉਣਾ ਸੀ ਆਪਾਂ ਤਾਂ ਆਹੀ ਦਿਖਾਉਣਾ ਸੀ ਆਪਣਾ ਤਾਂ ਇਹੀ ਆ ਮੇਨ ਠੀਕ ਹੈ ਨਾ ਗੱਲ ਕਿਉਂਕਿ ਬਾਈ ਪਤਾ ਗੱਲ ਕੀ ਆ ਰੱਬ ਜ਼ਿੰਦਗਾਂ ਨਹੀਂ ਦੇ ਤਾਂ 10 ਸਾਲ ਹੋਰ ਦੇ ਦੇ 20 ਦੇ ਦੇ ਉਹ ਪਰਮਾਤਮਾ ਨੂੰ ਨੁਕਸ ਇੱਕ ਵੀ ਹੈ ਨਹੀਂ ਅੱਜ ਦੀ ਘੜੀ ਸ਼ੁਕਰ ਮਾਲਕ ਇੱਕ ਵੀ ਨੁਕਸ ਹੈ ਨਹੀਂ ਨਿਗਾਹ ਮਤ ਨਿਗਾਹ ਇੰਨੀ ਕੁ ਜ਼ਿਆਦਾ ਹੈ ਨਾ ਅਤੇ ਸੁਣਦਾ ਵੀ ਪੂਰਾ ਅਤੇ ਨਿਗਾਹ ਫੁੱਲ ਜਿੰਨੀ ਵੀ ਕਹਿ ਲਓ ਠੀਕ ਹੈ ਹਾਂਜੀ ਹਾਂਜੀ ਸਮਝ ਪੂਰੀ ਸਮਝ ਆ ਗੱਲ ਦੀ ਔਰ ਗਾਹਨੂੰ ਤੁਸੀਂ ਆਏ ਤੁਹਾਨੂੰ ਫੱਟ ਸਿਆਣ ਲੂ ਵੀ ਤੂੰ ਉਹ ਮੁੰਡਾ ਇਹ ਨਹੀਂ ਗਾ ਵੀ ਉਹ ਪੁੱਤ ਤੂੰ ਕਿਹੜਾ ਸੀ ਮੈਨੂੰ ਪਤਾ ਨਹੀਂ ਲੱਗਾ ਉਹ ਗੱਲ ਨਹੀਂ ਕਿ ਮਤਲਬ ਪੂਰਾ ਐਕਟਿਵ ਆ ਉਮਰ ਦੇ ਹਿਸਾਬ ਨਾਲ ਤੇ ਆਹ ਦੇਖੋ ਇਹਨਾਂ ਦਾ ਬੇਟਾ ਹੈਗਾ ਇਹਨਾਂ ਦਾ ਬੇਟਾ ਵੀ ਦੇਖ ਲਓ ਉਹ ਵੀ ਚਿੱਟੀ ਦਾੜੀ ਆ ਜਮਾਂ ਉਹ ਬਾਈ ਹੌਸਪੀਟਲ ਮਾਤਾ ਦਾਖਲ ਸੀ ਤੁਹਾਨੂੰ ਦੱਸਿਆ ਸੀਗਾ ਉਹਦੀ ਵੀ ਦਾੜੀ ਚਿੱਟੀ ਅਮਰਤਾਰੀ ਆ ਮਤਲਬ ਚਲੋ ਅਸੀਂ ਥੋੜ੍ਹੇ ਜਿਹੇ ਗਾਂ ਹਜੇ ਮੁੰਨੇ ਹਾਂ ਹੋ ਸਕਦਾ ਵੀ ਦੋਵਾਂ ਸਾਲਾਂ ਨੂੰ ਕਿਤੇ ਵੀਡੀਓ ਬਣਾਈਏ ਸਾਡੇ ਵੀ ਕਿਤੇ ਮਹਾਰਾਜ ਨੇ ਕਿਰਪਾ ਕੀਤੀ ਹੋਵੇ ਹੈ ਨਾ ਅਤੇ ਗੱਲ ਕਰਦੇ ਹਾਂ ਵੀ ਤਾਇਆ ਵੀ ਠੀਕ ਆ ਸਰੀਰ ਵੀ ਜੇ ਨਸ਼ੇ ਪੱਤੇ ਤੋਂ ਮਤਲਬ ਆਪਦਾ ਬਚੇ ਰਹੇ ਸ਼ੁਕਰ ਆ ਅਤੇ ਠੀਕ ਰਿਹਾ ਸਰੀਰ ਵੱਡੀ ਉਦਾਹਰਨ ਆ ਇਹ ਹਾਂਜੀ ਵੱਡੀ ਐਗਜ਼ਾਮਪਲ ਆ ਇਹ ਬਹੁਤ ਵੱਡੀ ਗੱਲ ਟੱਕਰ ਸਾਦੀ ਹੋ ਰਹੀ ਮੈਂ ਵਧੀਆ ਪੱਠੇ ਪੁੱਠੇ ਨਾਲ ਆ ਮੁੰਡਿਆਂ ਦੇ ਯਾਰ ਸ਼ੁਕਰ ਆ ਚਾਚਾ ਤੇਰੇ ਤਾਂ ਦੱਸੇ ਤੋਂ ਪਤਾ ਬਾਕੀ ਕੋਈ ਸ਼ੂਗਰ ਨਹੀਂ ਕੋਈ ਮਤਲਬ ਹੈ ਹੀ ਨਹੀਂ ਕੋਈ ਬਿਮਾਰੀ ਨਾ ਤਾਈ ਨੂੰ ਨਾ ਇਹਨਾਂ ਨੂੰ ਮਤਲਬ ਬਚਤ ਹੀ ਰਹੀ ਆ ਮਾਲਕ ਦੀ ਕਿਰਪਾ ਨਾਲ ਸ਼ੁਕਰ ਆਪਣਾ ਮੇਨ ਇਹੀ ਸੀਗਾ ਵੀ
ਇਹਨਾਂ ਦੀ ਕਿਤੇ ਯਾਦਾਂ ਹੀ ਰਹਿ ਜਾਂਦੀਆਂ ਜੀ, ਹੋਰ ਤਾਂ ਕੀ ਆ ਜੀ, ਜਾਨਵਰ ਤਾਂ ਚਲੋ ਆਉਂਦੇ ਜਾਂਦੇ ਰਹਿੰਦੇ, ਅੱਜ ਜਿਹੜੀਆਂ ਘੋੜੀਆਂ ਖਾਈਆਂ ਹੋ ਸਕਦਾ ਕੱਲ ਨੂੰ ਕੋਈ ਚੰਗੇ ਪੈਸੇ ਦੇ ਕੇ ਖਰੀਦ ਕੇ ਲੈ ਜੇ। ਹਾਂ ਵੀ ਇਹ ਨਾ ਹੁਣ ਠੀਕ ਆ ਨਾ, ਵੀ ਹੋਰ ਵਿਖਾ ਦਾਂਗੇ ਇਹ ਇਹ ਪਤਾ ਨੀ ਆਉਂਦੇ ਸਾਲ ਨੂੰ। ਜਿਵੇਂ ਤੁਸੀਂ ਕਹਿੰਦੇ ਸੀ ਵੀ ਬਾਈ ਯਾਰ ਤੂੰ ਵੀਡੀਓ ਵੀ ਘੋੜੀਆਂ ਦੀ ਪਵਾਈ ਜਾਂਦੇ ਵੀ ਲੋਕ ਤਾਂ ਘੋੜਿਆਂ ਦੀ ਪਾਉਂਦੇ ਆ, ਮੈਂ ਕਿਹਾ ਸਾਡੇ ਵੀ ਵੇਖ ਲਓ ਆ ਕੇ ਕਿਰਾਂ, ਨਹੀਂ ਅਸੀਂ ਘੋੜੇ ਨੀ ਦਿਖਾਉਣੇ ਬੁੜੇ ਦਿਖਾਉਣੇ ਵੀ ਜਿਹੜੇ ਬਾਪੂ ਵਰਗੇ ਹੈ ਮੇਨ ਇਹੀ ਹੁੰਦਾ ਵੀਰੇ ਕਿ ਨਹੀਂ, ਜੇ ਅੱਜ ਅਸੀਂ ਇਹਨਾਂ ਦੀ ਕਦਰ ਕਰਾਂਗੇ ਤੇ ਕੱਲ ਨੂੰ ਆਹ ਬੈਠੇ ਆ ਸਾਡੇ ਭਲਵਾਨ ਇਹ ਸਾਡੀ ਕਰਨਗੇ ਠੀਕ ਹੈ ਨਾ, ਆਪਦੀ ਮੱਝ ਦਾ ਦੁੱਧ ਕਿਤੇ ਪੀ ਲਾ, ਹਾਂ ਇਹ ਆਈ ਚੱਲੀ ਜਾਊਗਾ ਸਰਕਲ ਹੈ ਨਾ, ਤੇ ਮੇਨ ਤਾਂ ਇਹੀ ਹੁੰਦਾ ਬਾਈ। ਬਿਲਕੁਲ ਬਾਈ, ਬਹੁਤ ਧੰਨਵਾਦ ਬਾਈ। ਹਾਂਜੀ ਵੀਰੇ, ਬਾਈ ਮੈਨੂੰ ਲੱਗਦਾ ਬਹੁਤ ਵੱਡੀ ਬਹੁਤ ਵੱਡੀ ਗੱਲ ਬਾਈ ਜੱਸੇ ਉਹਨਾਂ ਨੇ ਕੀ ਬਹੁਤ ਸਿੱਖਣ ਨੂੰ ਮਿਲਿਆ, ਆਨੰਦ ਆਇਆ। ਸ਼ੇਅਰ ਕਰਿਓ ਵੀਡੀਓ, ਜਿਉਂਦੇ ਰਹੋ।